ਹੁਣ ਸੁਣੋ ਸਟੂਡੀਓ 7 ਐਕਸਕਲੂਸਿਵਲੀ ਔਨ ਸਪੋਟੀਫਾਈ। ਸਪੋਟੀਫਾਈ ਐਪ ਨੂੰ ਡਾਊਨਲੋਡ ਕਰੋ ਅਤੇ ਬੀ ਸੋਸ਼ਲ ਪੋਡਕਾਸਟ ਨੂੰ ਫਾਲੋ ਕਰੋ। ਬੀ ਸੋਸ਼ਲ ਪੋਡਕਾਸਟ 'ਤੇ ਤੁਹਾਡਾ ਸਵਾਗਤ ਹੈ। ਸਤਿ ਸ਼੍ਰੀ ਅਕਾਲ, ਮੈਂ ਗੁਰਦੀਪ ਗਰੇਵਾਲ। ਅੱਜ ਦੇ ਸਟੂਡੀਓ 7 ਵਿੱਚ ਤੁਸੀਂ ਸੁਣੋਗੇ 4 ਕਹਾਣੀਆਂ। ਹੰਝੂ ਛਲਕ ਪੈਣਗੇ, 5 ਜੁੱਤੀਆਂ, ਚਾਚਾ ਨੰਬਰਦਾਰ ਅਤੇ ਦਾਨਾ ਸ਼ਾਹੂਕਾਰ। ਅਤੇ ਆਓ ਸਭ ਤੋਂ ਪਹਿਲਾਂ ਸੁਣਦੇ ਹਾਂ ਕਹਾਣੀ ਹੰਝੂ ਛਲਕ ਪੈਣਗੇ। ਇਹ ਕਹਾਣੀ ਰੁਪਿੰਦਰ ਸੰਧੂ ਹੋਰਾਂ ਦੀ ਲਿਖੀ ਹੋਈ ਹੈ। ਉਹ ਹਸਪਤਾਲ 'ਚ ਪਈ ਸੀ, ਕੈਂਸਰ ਨਾਲ ਜੂਝਦੀ, ਪਲ ਪਲ ਮੌਤ ਵੱਲ ਨੂੰ ਜਾ ਰਹੀ ਸੀ। ਪਰ ਮੈਂ ਫਿਰ ਵੀ ਬੇਫਿਕਰ ਸਾਂ, ਜਿਵੇਂ ਉਹਦੇ ਹਰ ਦੁੱਖ ਸੁੱਖ ਤੋਂ ਸਾਰੀ ਉਮਰ ਬੇਖਬਰ ਅਤੇ ਬੇਫਿਕਰ ਸਾਂ। ਸੋਚ ਰਿਹਾ ਸੀ, ਲੈ ਇਹਨੂੰ ਕੀ ਹੋਣਾ, ਇਹਨੇ 4 ਕੁ ਦਿਨਾਂ ਨੂੰ ਘਰ ਆ ਜਾਣਾ। ਹਸਪਤਾਲ ਦੇ ਨੇੜੇ ਇੱਕ ਠੇਕਾ ਸੀ, ਮੈਂ ਹਮੇਸ਼ਾ ਡਿਊਟੀ ਤੋਂ ਵਾਪਸ ਪਰਤਦਾ, ਉਹਨੂੰ ਮਿਲਦਾ ਅਤੇ ਫਿਰ ਹਮੇਸ਼ਾ ਦੇ ਵਾਂਗ ਉਸ ਠੇਕੇ 'ਤੇ ਸ਼ਰਾਬ ਪੀਣ ਬੈਠ ਜਾਂਦਾ। ਉਹਦੇ ਬਿਮਾਰ ਹੋਣ ਤੋਂ ਪਹਿਲਾਂ ਵੀ ਮੈਂ ਤਕਰੀਬਨ ਜਦੋਂ ਤੋਂ ਉਹ ਵਿਆਹ ਕੇ ਮੇਰੇ ਘਰ ਆਈ ਸੀ, ਉਦੋਂ ਤੋਂ ਹੀ ਮੇਰੀ ਇਹ ਆਦਤ ਸੀ, ਮੈਂ ਨੌਕਰੀ ਤੋਂ ਵਾਪਸ ਪਰਤਦਾ ਅਕਸਰ ਠੇਕੇ 'ਤੇ ਬੈਠ ਜਾਂਦਾ ਸੀ ਅਤੇ ਤਕਰੀਬਨ ਬਹੁਤ ਪੀਣ ਤੋਂ ਬਾਅਦ ਹੀ ਘਰ ਜਾਂਦਾ। ਮੇਰੇ ਘਰ ਜਾਂਦਿਆਂ ਨੂੰ ਉਹੀ ਨਿੱਤ ਦੇ ਕੰਮਾਂ 'ਚ ਲੱਗੀ ਹੁੰਦੀ। ਮੈਂ ਉਹਨੂੰ ਕਦੀ ਪੁੱਛਿਆ ਹੀ ਨਾ ਕਿ ਉਹਨੂੰ ਕੋਈ ਦੁੱਖ ਸੁੱਖ ਤਾਂ ਨਹੀਂ। ਸੋਚਦਾ ਸਾਂ ਮੋਟੀ ਤਨਖਾਹ ਹੈ ਮੇਰੀ, ਮਹਿਲਾਂ ਵਰਗਾ ਘਰ ਹੈ, ਇਹਨੂੰ ਕੀ ਦੁੱਖ ਹੋਣਾ। ਮੇਰਾ ਮਿਜਾਜ ਇਹੋ ਜਿਹਾ ਹੀ ਸੀ। ਔਰਤ ਨਾਲ ਬੁਰਾ ਕਰਨਾ ਕਈਆਂ ਨੂੰ ਆਪਣੇ ਘਰ ਦੀ ਪਰਵਰਿਸ਼ ਵਿੱਚੋਂ ਹੀ ਮਿਲ ਜਾਂਦਾ। ਮੈਨੂੰ ਕਦੇ ਲੱਗਿਆ ਹੀ ਨਹੀਂ ਸੀ ਕਿ ਉਹ ਸ਼ਾਇਦ ਕੁਝ ਅਲੱਗ ਸੋਚ ਦੀ ਔਰਤ ਹੈ। ਉਹ ਹੱਸਦੀ ਮੁਸਕਰਾਉਂਦੀ ਜਿਹੀ ਹੌਲੀ ਹੌਲੀ ਸ਼ਾਂਤ ਜਿਹੀ ਸੁਭਾਅ 'ਚ ਤਬਦੀਲ ਹੁੰਦੀ ਗਈ, ਹੌਲੀ ਹੌਲੀ ਉਦਾਸੀਆਂ ਦੇ ਨੇੜੇ ਪਹੁੰਚਦੀ ਗਈ ਅਤੇ ਫਿਰ ਚੁੱਪ ਚਾਪ ਕੋਈ ਸ਼ਿਕਵਾ ਨਾ ਕਰਦੀ, ਬਸ ਕੋਈ ਸ਼ਿਕਾਇਤ ਨਾ ਕਰਦੀ। ਰਿਸ਼ਤੇਦਾਰਾਂ 'ਤੇ ਤਾਂ ਜਾਨ ਦਿੰਦੀ ਸੀ। ਮੈਂ ਪੀ ਕੇ ਘਰ ਆਉਂਦਾ, ਉਹ ਸ਼ਾਂਤ ਹੋ ਜਾਂਦੀ ਜਿਵੇਂ ਘਰ 'ਚ ਕੋਈ ਹੋਵੇ ਹੀ ਨਾ। ਡਰੀ ਡਰੀ ਜਿਹੀ, ਸ਼ਾਇਦ ਮੇਰੇ ਕੌੜੇ ਸ਼ਬਦਾਂ ਤੋਂ ਡਰਦੀ। ਅਖੀਰ 2 ਪੁੱਤਰਾਂ ਅਤੇ 1 ਧੀ ਦੀ ਮਾਂ ਇਸ ਦੁਨੀਆਂ ਤੋਂ ਰੁਖਸਤ ਹੋ ਗਈ। ਉਹਦਾ ਦੁੱਖ ਵੇਖੋ, ਮੈਂ ਉਦੋਂ ਵੀ ਉਹਦੇ ਕੋਲ ਨਹੀਂ ਸੀ। ਮੈਂ ਉਦੋਂ ਮਹਿਸੂਸ ਕੀਤਾ ਕਿ ਦੁਨੀਆਂ ਤੋਂ ਮੇਰਾ ਕੀ ਚਲਾ ਗਿਆ। ਫਿਰ ਇੱਕ ਦਿਨ ਮੈਂ ਬੈਠਾ ਬੈਠਾ ਉਹਦੀਆਂ ਰਿਪੋਰਟਾਂ ਵੇਖਣ ਲੱਗ ਪਿਆ। ਮੈਨੂੰ ਯਾਦ ਆਇਆ ਕਿ ਉਹਦੀਆਂ ਰਿਪੋਰਟਾਂ ਨਾਲ ਡਾਕਟਰ ਨੇ ਇੱਕ ਲਿਫਾਫਾ ਵੀ ਰੱਖਿਆ ਸੀ ਅਤੇ ਕਿਹਾ ਕਿ ਇਹ ਤੁਹਾਡੀ ਪਤਨੀ ਦਾ ਏ। ਮੈਂ ਲਿਫਾਫਾ ਖੋਲ੍ਹ ਲਿਆ, ਵਿੱਚ 3 ਵਰਕੇ ਸੀ। ਉਹਦਾ ਸਬਰ ਵੇਖੋ, ਜਾਂਦੀ ਜਾਂਦੀ ਵੀ 3 ਵਰਕਿਆਂ 'ਚ ਹੀ ਸਭ ਲਿਖ ਗਈ। ਮੇਰੀ ਜ਼ਿੰਦਗੀ ਦੇ 17 ਵਰੇ ਕਿਹੋ ਜਿਹੇ ਸੀ, ਮੈਂ ਸੋਚਿਆ ਦੱਸ ਜਾਵਾਂ, ਕਿਉਂਕਿ ਤੁਸੀਂ ਕੋਲ ਨਹੀਂ ਸੀ ਹੁੰਦੇ। ਮੇਰਾ ਬੜਾ ਜੀ ਕਰਦਾ ਸੀ ਕਿ ਮੈਂ ਬਹੁਤ ਗੱਲਾਂ ਕਰਾਂ ਤੁਹਾਡੇ ਨਾਲ, ਪਰ ਤੁਹਾਡੀ ਕੜੱਤਣ ਨੇ ਮੇਰੇ ਸ਼ਬਦਾਂ ਨੂੰ ਸਦਾ ਲਈ ਮੁਕਾ ਦਿੱਤਾ। ਜਦੋਂ ਤੁਸੀਂ ਪੀ ਕੇ ਆਉਂਦੇ ਸੀ ਤਾਂ ਮੈਨੂੰ ਦੁਨੀਆਂ ਭਰ ਦੇ ਮੰਦੇ ਸ਼ਬਦ ਬੋਲਦੇ। ਪਹਿਲਾਂ ਮੈਨੂੰ ਬਹੁਤ ਡਰ ਲੱਗਦਾ ਹੁੰਦਾ ਸੀ, ਪਰ ਬਾਅਦ 'ਚ ਆਦਤ ਪੈ ਗਈ। ਪਰ ਫਿਰ ਵੀ ਮੈਂ ਕਈ ਵਾਰ ਰਾਤ ਨੂੰ ਚੋਰੀ ਚੋਰੀ ਰੋ ਲੈਂਦੀ। ਮੇਰੇ 3 ਬੱਚੇ ਮੈਨੂੰ ਚਿੰਬੜੇ ਰਹਿੰਦੇ ਸਾਰੀ ਸਾਰੀ ਰਾਤ, ਡਰੇ ਡਰੇ ਅਤੇ ਸਹਿਮੇ ਜਿਹੇ। ਮੈਂ ਉਹਨਾਂ ਨੂੰ ਕਹਿੰਦੀ ਕੋਈ ਗੱਲ ਨਹੀਂ, ਘਰਾਂ 'ਚ ਇਹ ਸਭ ਚੱਲਦਾ ਹੀ ਰਹਿੰਦਾ। ਪਰ ਮੈਂ ਆਪਣੇ ਮਨ ਨੂੰ ਹਮੇਸ਼ਾ ਪੁੱਛਦੀ ਕਿ ਮੇਰੇ ਨਾਲ ਹੀ ਕਿਉਂ। ਇੱਕ ਵਾਰ ਤੁਹਾਡੀ ਭੈਣ ਜੀਤ ਦੇ ਸਹੁਰੇ ਘਰ ਉਹਦੇ ਜਨਮ ਦਿਨ 'ਤੇ ਉਹਦੇ ਪਤੀ ਵੱਲੋਂ ਦਿੱਤੇ ਗਏ ਸੋਨੇ ਦੇ ਕੰਗਣ ਅਤੇ ਜੀਤ ਵੱਲੋਂ ਕੇਕ ਕੱਟਦੇ ਵੇਖ ਮੈਨੂੰ ਉਦਾਸ ਵੇਖ ਤੁਸੀਂ ਆਖਿਆ ਸੀ ਕਿ ਮੈਂ ਸੜਦੀ ਹਾਂ ਜੀਤ ਤੋਂ। ਪਰ ਮੈਂ ਤਾਂ ਇਹੀ ਸੋਚ ਰਹੀ ਸੀ ਕਿ ਮੈਂ ਵੀ ਕਿਸੇ ਦੀ ਧੀ ਹਾਂ। ਮੇਰੇ ਲੇਖਾਂ 'ਚ ਰੱਬ ਨੇ ਇਹ ਸਤਿਕਾਰ ਲਿਖਿਆ ਹੀ ਨਹੀਂ ਸੀ। ਮੈਂ ਸਦਾ ਦੁਆ ਕਰਦੀ ਕਿ ਇਸ ਘਰ ਦੀ ਕੋਈ ਧੀ ਕਦੇ ਦੁਖੀ ਨਾ ਹੋਵੇ, ਕਿਉਂਕਿ ਉਸੇ ਘਰ ਦੀ ਇੱਕ ਧੀ ਮੇਰੀ ਵੀ ਅੰਦਰ ਦਾ ਟੁਕੜਾ ਏ। ਤੁਹਾਡੀ ਤਨਖਾਹ ਦਾ ਕੋਈ ਪੈਸਾ ਮੈਂ ਕਦੇ ਆਪਣੇ 'ਤੇ ਨਹੀਂ ਖਰਚਿਆ। ਤੁਸੀਂ ਆਖਦੇ ਰਹਿੰਦੇ ਸੀ ਨਾ ਕਿ ਘਰ ਬੈਠ ਖਾਣਾ ਸੌਖਾ, ਕਦੀ ਕਮਾਉਣਾ ਪਵੇ ਤਾਂ ਪਤਾ ਲੱਗੇ। ਉਹ ਖਰਚਾ ਸਿਰਫ ਘਰ ਅਤੇ ਜਵਾਕਾਂ 'ਤੇ ਕਰਕੇ ਮੈਂ ਜੋ ਬਚਦਾ ਸੀ ਉਹ ਤੁਹਾਡੀ ਲੱਕੜ ਦੀ ਵੱਡੀ ਅਲਮਾਰੀ 'ਚ ਇੱਕ ਕਾਪੀ ਪਈ ਹੈ, ਸਾਰਾ ਉਸ ਖਾਤੇ 'ਚ ਜਮ੍ਹਾਂ ਏ। ਮੈਨੂੰ ਤਾਂ ਮੇਰੀ ਮਾਂ ਦਾ ਦਿੱਤਾ ਹੀ ਨਹੀਂ ਮੁੱਕਿਆ ਸਾਰੀ ਉਮਰ। ਮੈਂ ਹਮੇਸ਼ਾ ਕਹਿੰਦੀ ਸਾਂ ਮੇਰੇ ਸਿਰ ਨੂੰ ਕੁਝ ਹੁੰਦਾ, ਫੱਟ ਰਿਹਾ, ਪਰ ਤੁਸੀਂ ਕਹਿੰਦੇ ਸੀ ਖੇਖਣ ਹੁੰਦੇ ਨੇ ਜਨਾਨੀਆਂ ਦੇ।
ਹੁਣ ਮੈਂ ਹਸਪਤਾਲ 'ਚ ਵੀ ਬਹੁਤਾ ਨਹੀਂ ਸੀ ਉਡੀਕਦੀ ਤੁਹਾਨੂੰ। ਇੰਨੇ ਸਾਲਾਂ ਤੋਂ ਰਗ ਰਗ ਪਛਾਣ ਗਈ ਸਾਂ। ਬੈਠੇ ਤਾਂ ਹੁੰਦੇ ਹੀ ਸੀ, ਚਾਹੇ ਕੁਝ ਕੁ ਮੀਟਰਾਂ ਦੀ ਦੂਰੀ 'ਤੇ ਹੀ ਸਹੀ। ਮੇਰੇ ਹੋਣ ਦੀ ਕੋਈ ਖੁਸ਼ੀ ਨਹੀਂ ਸੀ, ਤਾਂ ਜਾਣ ਦਾ ਗਮ ਵੀ ਨਾ ਕਰਨਾ। ਮੇਰੇ ਬੱਚਿਆਂ ਨੂੰ ਸਾਰੀ ਉਮਰ ਹਿੱਕ ਨਾਲ ਲਾ ਕੇ ਰੱਖਣਾ, ਇਹੋ ਇੱਕ ਮੰਗ ਹੈ 17 ਵਰਿਆਂ ਦੀ ਖਿਦਮਤ ਬਦਲੇ। ਪੜ੍ਹਦਿਆਂ ਪੜ੍ਹਦਿਆਂ ਪਹਿਲੀ ਵਾਰ ਮੇਰੇ ਹੰਝੂ ਛਲਕੇ। ਹੁਣ 10 ਵਰਿਆਂ ਤੋਂ ਰੋਜ਼ ਉਹਦਾ ਖੱਤ ਪੜ੍ਹਦਾ। ਧੀ ਵਿਆਹ ਕੇ ਕੈਨੇਡਾ ਭੇਜ ਦਿੱਤੀ ਅਤੇ ਪੁੱਤਰ ਵੀ ਭੈਣ ਕੋਲ ਚਲੇ ਗਏ। ਪਰ ਹੁਣ ਕਈ ਵਾਰ ਰਾਤ ਨੂੰ ਪਿਆ ਸੋਚਦਾ ਰਹਿੰਦਾ ਹਾਂ ਕਿ ਕਿਤੇ ਮੇਰੀ ਧੀ ਤਾਂ ਨਹੀਂ ਰਾਤਾਂ ਨੂੰ ਚੋਰੀ ਚੋਰੀ। ਪਰ ਫਿਰ ਸੋਚਦਾ, ਉਹਦੀ ਮਾਂ ਦੀਆਂ ਦੁਆਵਾਂ ਨੇ ਉਹਦੇ ਨਾਲ। ਹੁਣ ਇਹ ਘਰ ਖਾਣ ਨੂੰ ਆਉਂਦਾ, ਰੋਜ਼ ਡਿਊਟੀ ਤੋਂ ਪਰਤਦਾ, ਉਸੇ ਹਸਪਤਾਲ ਦੇ ਨੇੜੇ ਠੇਕੇ 'ਤੇ ਜਾ ਬਹਿੰਦਾ ਹਾਂ ਜਿੱਥੇ ਉਹਨੇ ਆਖਰੀ ਸਾਹ ਲਏ ਅਤੇ ਆਖ ਦਿੰਦਾ ਹਾਂ, ਤੂੰ ਆਰਾਮ ਨਾਲ ਸੌਂ ਜਾ, ਆ ਵੇਖ ਲੈ ਤੇਰੇ ਕੋਲ ਹੀ ਤਾਂ ਬੈਠਾ ਕੁਝ ਕੁ ਮੀਟਰਾਂ ਦੀ ਦੂਰੀ 'ਤੇ। ਉਹਦੇ 'ਤੇ ਚੁੱਕੇ ਹੱਥ ਹੁਣ ਤਾਂ ਪੈੱਗ ਵੀ ਨਹੀਂ ਚੁੱਕਦੇ। ਕਾਸ਼ ਪਹਿਲਾਂ ਸਮਝ ਸਕਦਾ ਕਿਸੇ ਦੀ ਧੀ ਨੂੰ, ਅਤੇ ਸੋਚ ਸਕਦਾ ਕਿ ਉਹਦੇ ਅੰਦਰ ਇੱਕ ਔਰਤ ਤੋਂ ਵੱਧ ਕੇ ਬੜਾ ਕੁਝ ਸੀ। ਤੁਸੀਂ ਸੁਣ ਰਹੇ ਸੀ ਕਹਾਣੀ ਹੰਝੂ ਛਲਕ ਪੈਣਗੇ, ਅਤੇ ਅਗਲੀ ਕਹਾਣੀ ਤੁਸੀਂ ਸੁਣਨ ਜਾ ਰਹੇ ਹੋ ਸਰਬਜੀਤ ਸਿੰਘ ਸਿੱਧੂ ਹੋਰਾਂ ਦੀ ਆਵਾਜ਼ ਵਿੱਚ, 5 ਜੁੱਤੀਆਂ। ਭਾਈ ਕੇਰਾਣਾ ਇੱਕ ਸੌਦਾਗਰ ਹੁੰਦਾ ਸੀ। ਸੌਦਾਗਰ ਜਿਹੜਾ ਸੀ ਉਹ ਬਹੁਤ ਅਮੀਰ ਸੀ, ਘਰ ਵਾਲੀ ਉਹਦੀ ਹੈ ਨਹੀਂ ਸੀ, ਮਤਲਬ ਮਰ ਗਈ ਸੀ। ਇੱਕ ਉਹਦੇ ਜਵਾਕ ਸੀ ਛੋਟਾ ਜਿਹਾ, ਅਤੇ ਉਹਦੇ ਜਵਾਕ ਦਾ ਨਾਂ ਸੀਗਾ ਮਕੰਦਾ। ਉਹ ਅਮੀਰ ਬਹੁਤ ਸੀ ਸੌਦਾਗਰ, ਕਿਉਂਕਿ ਉਹ ਅੱਡੋ ਅੱਡੀ ਕਿਸੇ ਦੇਸ਼ 'ਚ ਕਦੇ ਕਿਸੇ ਦੇਸ਼ 'ਚ ਵਪਾਰ ਕਰਨ ਜਾਂਦਾ ਹੁੰਦਾ ਸੀ। ਮਕੰਦੇ ਨੂੰ ਉਹਨੇ ਬਹੁਤ ਪੜ੍ਹਾਇਆ ਅਤੇ ਪੜ੍ਹਾ ਲਿਖਾ ਕੇ ਫਿਰ ਉਹਨੂੰ ਹੋਇਆ ਵੀ ਇਹਨੂੰ ਥੋੜ੍ਹਾ ਜਿਹਾ ਦੁਨਿਆਵੀ ਸੂਝ ਬੂਝ ਵੀ ਸਿਖਾਈ ਜਾਵੇ, ਹੈ ਨਾ। ਉਹ ਸਿਖਾਉਣ ਸਿਖਾਉਣ ਲੱਗ ਗਿਆ, ਅਤੇ ਫਿਰ ਉਸ ਤੋਂ ਬਾਅਦ ਉਹਨੇ ਕਿਹਾ ਵੀ ਇਹਨੂੰ ਤੀਵੀਆਂ ਬਾਰੇ, ਜਨਾਨੀਆਂ ਬਾਰੇ ਵੀ ਥੋੜ੍ਹੀ ਜਿਹੀ ਅਕਲ ਹੋਣੀ ਚਾਹੀਦੀ ਹੈ। ਉਹਨੇ ਜਨਾਨੀਆਂ ਬਾਰੇ, ਉਹਨੂੰ ਮਤਲਬ ਜਨਾਨੀਆਂ ਦੇ ਚਰਿੱਤਰ ਜਾਂ ਕਿਹੋ ਜਿਹਾ ਹੁੰਦਾ ਜਾਂ ਕਿਵੇਂ, ਉਹ ਵੀ ਉਹਨੇ ਕਿਤਾਬਾਂ ਲਿਆ ਕੇ ਦਿੱਤੀਆਂ ਜਾਂ ਉਹਨੇ ਦੱਸਿਆ। ਉਹ ਜਨਾਨੀਆਂ ਬਾਰੇ ਜਿਹੜੀ ਸੀ, ਜਨਾਨੀਆਂ ਦੇ ਚਰਿੱਤਰ ਦੱਸਦੀਆਂ ਸੀ ਕਿਤਾਬਾਂ, ਤਾਂ ਉਹਨੂੰ ਨਾ ਜਨਾਨੀਆਂ ਨਾਲ ਨਫ਼ਰਤ ਹੋ ਗਈ ਮਕੰਦੇ ਨੂੰ ਬਹੁਤ ਜ਼ਿਆਦਾ। ਅਤੇ ਉਹ ਨਫ਼ਰਤ ਹੋ ਗਈ, ਜਿਵੇਂ ਹੌਲੀ ਹੌਲੀ ਵੱਡਾ ਹੁੰਦਾ ਗਿਆ, ਅਤੇ ਸੌਦਾਗਰ ਨੇ ਸੋਚਿਆ ਵੀ ਹੁਣ ਇਹਦਾ ਵਿਆਹ ਕਰ ਦਈਏ। ਉਹ ਮਕੰਦੇ ਕੋਲ ਆਇਆ, ਕਹਿੰਦਾ ਮਕੰਦੇ ਯਾਰ ਤੇਰਾ ਵਿਆਹ ਕਰੀਏ ਹੁਣ, ਤੇਰੀ ਉਮਰ ਬਹੁਤ ਹੋ ਗਈ। ਉਹ ਕਹਿੰਦਾ ਬਾਪੂ ਮੈਂ ਤਾਂ ਵਿਆਹ ਕਰਾਉਂਦਾ ਨਹੀਂ। ਕਹਿੰਦਾ ਕਿਉਂ, ਵਿਆਹ ਕਿਉਂ ਨਹੀਂ ਕਰਾਉਂਦਾ, ਸਾਰੀ ਵਿਆਹ ਕਰਾਉਂਦੇ ਆ ਜਦੋਂ ਉਮਰ ਵੱਡੀ ਹੁੰਦੀ ਹੈ, ਵੀ ਤੂੰ ਵੀ ਵਿਆਹ ਕਰਾ ਲਾ। ਕਹਿੰਦਾ ਨਾ ਮੈਂ ਨਹੀਂ ਵਿਆਹ ਕਰਾਉਂਦਾ। ਭਾਈ ਉਹ ਮੰਨਿਆ ਨਾ ਵਾਰੀ ਵਾਰੀ, ਫਿਰ ਆਇਆ ਕਰੇ ਸੌਦਾਗਰ ਉਹਦੇ ਕੋਲ, ਮਕੰਦਾ ਜਿਹੜਾ ਇਹ ਮੰਨਿਆ ਨਾ ਕਰੇ। ਬੜਾ ਦੁਖੀ ਹੋਇਆ ਉਹ ਕਹਿੰਦਾ ਕਿਉਂ ਨਹੀਂ ਕਰਾਉਂਦਾ ਫਿਰ ਦੱਸ। ਕਹਿੰਦਾ ਦੇਖ, ਜੇ ਤੂੰ ਵਿਆਹ ਨਾ ਕਰਾਇਆ ਤਾਂ ਆਪਣੀ ਕੋਲ ਕਿਵੇਂ ਵਧੂਗੀ, ਆਪਣੇ ਜਿਹੜੇ ਪਿੱਤਰ ਹੁੰਦੇ ਆ ਉਹ ਜਿਵੇਂ ਆਪਾਂ ਪਾਣੀ ਦਿੰਦੇ ਹਾਂ ਉਹਨਾਂ ਨੂੰ, ਜਦੋਂ ਆਪਾਂ ਮਰ ਗਏ ਆਪਾਂ ਨੂੰ ਪਾਣੀ ਕੌਣ ਪਿਆ ਕਰੂਗਾ ਅਸੀਂ ਵਿਆਹ ਜਾ ਕੇ। ਭਾਈ ਇਸ ਗੱਲ ਤੋਂ ਮਕੰਦਾ ਮੰਨ ਗਿਆ, ਕਹਿੰਦਾ ਚੱਲ ਮੈਂ ਵਿਆਹ ਤਾਂ ਕਰਾ ਲੂੰਗਾ, ਪਰ ਕਹਿੰਦਾ ਮੈਂ ਆਪਦੀ ਜਿਹੜੀ ਜਨਾਨੀ ਹੋਊਗੀ ਜਿਹਨੂੰ ਮੈਂ ਵਿਆਹ ਕੇ ਲਿਆਊਂਗਾ, ਤੜਕੇ ਉੱਠਣ ਸਾਰ ਮੈਂ ਉਹਦੇ 5 ਛਿੱਤਰ ਲਾਇਆ ਕਰੂੰ, 5 ਜੁੱਤੀਆਂ ਪਿਆ ਕਰਨੀਆਂ ਕਹਿੰਦਾ ਉਹਦੇ। ਸੌਦਾਗਰ ਕਹਿੰਦਾ ਇਹ ਕਿਹੜਾ ਮੈਨੂੰ ਵਿਆਹ ਕਰਾਉਣ ਨੂੰ। ਭਾਈ ਉਹਨੇ ਕੀ ਕੀਤਾ, ਕਹਿੰਦਾ ਚਲੋ ਦੇਖਦੇ ਹਾਂ ਭਾਈ, ਮੰਨਿਆ ਤਾਂ ਸਹੀ ਵਿਆਹ ਕਰਾਉਣ ਨੂੰ। ਉਹ ਭਾਈ ਕਿਤੇ ਕਿਸੇ ਰਿਸ਼ਤੇਦਾਰ ਕੋਲ ਜਾਇਆ ਕਰੇ, ਕਿਤੇ ਕਿਸੇ ਕਿਤੇ ਜਾਇਆ ਕਰੇ, ਭਾਈ ਮੇਰੇ ਮੁੰਡੇ ਨੂੰ ਕੁੜੀ ਦੇ ਦਿਉ। ਪੈਸਾ ਬਹੁਤ ਸੀ, ਪੈਸੇ ਦੀ ਰੱਖਦਿਆ ਕਰੇ ਮੰਗ ਵੀ, ਜਿੰਨਾ ਪੈਸਾ ਕਹੋਗੇ ਉਨੇ ਮੈਂ ਪੈਸੇ ਦੇ ਦੂੰ ਤੁਹਾਨੂੰ, ਤੁਸੀਂ ਆਪਦੀ ਕੁੜੀ ਮੇਰੇ ਮੁੰਡੇ ਨਾਲ ਵਿਆਹ ਦਿਉ, ਛਿੱਤਰਾਂ ਤੋਂ ਡਰਦਾ ਕੋਈ ਵਿਆਹੇ ਨਾ। ਕੇਰਾਂ ਆਈ, ਫਿਰ ਉਹ ਆਪਦੇ ਕਿਸੇ ਦੋਸਤ ਕੋਲ ਗਿਆ ਸ਼ਹਿਰ ਦੇ ਵਿੱਚ, ਉਹਨੂੰ ਰਾਤ ਪੈ ਗਈ। ਰਾਤ ਪੈ ਗਈ ਜਦੋਂ, ਅਤੇ ਉੱਥੇ ਉਹਦੇ ਨਾਲ ਗੱਲੀ ਪੈ ਗਿਆ, ਕਹਿੰਦਾ ਯਾਰ ਮਕੰਦਾ ਤਾਂ ਗਲਤ ਰਾਹੇ ਪੈ ਗਿਆ, ਵੀ ਉਹ ਕਹਿੰਦਾ ਵੀ ਵਿਆਹ ਤਾਂ ਮੈਂ ਕਰਾਊਂਗਾ ਹੀ, ਤਾਂ ਵੀ ਜੇ ਆਪਦੀ ਜਨਾਨੀ ਦੇ ਤੜਕੇ ਉੱਠ ਕੇ 5 ਜੁੱਤੀਆਂ ਲਾਇਆ ਕਰੂੰ। ਉਹਦਾ ਦੋਸਤ ਕਹਿੰਦਾ ਵੀ ਮੇਰਾ ਤਾਂ ਪਹਿਲਾਂ ਮਨ ਸੀਗਾ ਵੀ ਮੈਂ ਆਪਦੀ ਕੁੜੀ ਦਾ ਵਿਆਹ ਤੇਰੇ ਮੁੰਡੇ ਮਕੰਦੇ ਨਾਲ ਕਰਾ ਦਿਆਂ, ਪਰ ਜਿਹੜੀ ਕਹਿੰਦਾ ਆਹ ਮੰਗ ਰੱਖਤੀ ਉਹਨੇ, ਇਹਦੇ ਕਰਕੇ ਫਿਰ ਮੈਂ ਉਹਦਾ ਵਿਆਹ ਨਹੀਂ ਕਰਾਉਂਦਾ। ਉਹ ਕਹਿੰਦਾ ਵੈ ਬੜੀ ਕਮਾਲ ਗੱਲ ਹੋਈ। ਉਹ ਕਹਿੰਦਾ ਸੌਦਾਗਰ ਕਹਿੰਦਾ ਵੀ ਤੂੰ ਪੁੱਛ ਤਾਂ ਲੈ ਕੇ ਰਾਂ ਆਪਦੀ ਕੁੜੀ ਨੂੰ। ਕਹਿੰਦਾ ਮੈਨੂੰ ਪਤਾ ਮੰਨਣਾ ਹੀ ਨਹੀਂ ਉਹਨੇ। ਕਹਿੰਦਾ ਫਿਰ ਵੀ ਚੱਲ ਪੁੱਛ ਤਾਂ ਲੈ। ਚਲੋ ਭਾਈ ਉਹ ਜਦੋਂ ਗੱਲਬਾਤ ਕਰਨ ਲੱਗਿਆ, ਉਹਦੇ ਦੋਸਤ ਦੀ ਕੁੜੀ ਦਾ ਨਾਂ ਸੀਗਾ ਸਵਰਨੋ, ਉਹ ਕਿਤੇ ਸੁਣੀ ਜਾਂਦੀ ਸੀ। ਉਹ ਕਹਿੰਦੀ ਸੌਦਾਗਰ ਨੂੰ, ਕਹਿੰਦੀ ਮੈਂ ਗੱਲ ਤਾਂ ਸੁਣ ਲਈ ਚਾਚਾ ਤੇਰੀ, ਕਹਿੰਦੀ ਪਰ ਇਹ ਗੱਲ ਹੈ ਵੀ ਹੁਣ ਉਹਨੂੰ ਮੈਂ ਆਪੇ ਸੁਧਾਰ ਲਊਂ, ਤੂੰ ਫਿਕਰ ਨਾ ਕਰ, ਮੈਨੂੰ ਪਤਾ ਵੀ ਤੂੰ ਵੀ ਦੁਖੀ ਹੈ। ਅਤੇ ਭਾਈ ਉਹ ਜਦੋਂ ਗਈ, ਵਿਆਹ ਹੋ ਗਿਆ ਉਹਦਾ, ਮਕੰਦਾ ਕਹਿੰਦਾ ਮਕੰਦੇ ਨੂੰ ਦੱਸਤਾ ਸੌਦਾਗਰ ਨੇ ਵੀ ਭਾਈ ਕੁੜੀ ਮਿਲ ਗਈ ਹੈ ਜਿਹੜੀ 5 ਜੁੱਤੀਆਂ ਖਾ ਲਿਆ ਕਰੂ।
ਜਦੋਂ ਵਿਆਹ ਹੋ ਗਿਆ, ਵਿਆਹ ਹੋ ਕੇ ਘਰ ਜਾ ਵੜੇ, ਘਰ ਜਾ ਕੇ ਅਤੇ ਅਗਲੇ ਦਿਨ ਜਦੋਂ ਤੜਕੇ ਉੱਠੇ ਅਤੇ ਉੱਠ ਕੇ ਉਹ ਕਹਿੰਦਾ ਵੀ ਚੱਲ ਮੈਂ ਤਾਂ ਤੇਰੀ ਜੁੱਤੀਆਂ ਲਾਉਣੀਆਂ ਪੰਜ। ਉਹ ਕਹਿੰਦੀ ਮੇਰੀ ਗੱਲ ਸੁਣ, ਅੱਜ ਸ਼ਗਨਾਂ ਦਾ ਦੇਣਾ, ਅੱਜ ਜੇ ਤੂੰ ਜੁੱਤੀਆਂ ਲਾਏਗਾ ਸੋਹਣਾ ਲੱਗਦਾ, ਤੂੰ ਐਂ ਕਰ ਕੱਲ੍ਹ ਨੂੰ 10 ਲਾ ਲਈ, 5 ਅੱਜ ਦੀਆਂ ਹੋ ਜਾਣਗੀਆਂ, 5 ਕੱਲ੍ਹ ਦੀਆਂ ਹੋ ਜਾਣਗੀਆਂ, ਅੱਜ ਦਾ ਦਿਨ ਰਹਿਣ ਦੇ ਤੂੰ ਕੱਲ੍ਹ ਨੂੰ ਲਾ ਲਈ। ਉਹ ਚੱਲ ਇਸ ਗੱਲ ਨੂੰ ਮੰਨ ਗਿਆ ਵੀ ਕੱਲ੍ਹ ਵੀ ਆਇਆ ਲੈ। ਅਤੇ ਭਾਈ ਦਿਨ ਲੰਘਿਆ, ਅਗਲਾ ਦਿਨ ਚੜ੍ਹਿਆ, ਕਹਿੰਦਾ ਆ ਜਾ ਅੱਜ, ਕਹਿੰਦਾ 10 ਲਾਊਂ। ਉਹ ਕਹਿੰਦੀ ਗੱਲ ਸੁਣ, ਮੇਲ ਗੇਲ ਆਇਆ ਹੋਇਆ, ਇਹ ਆਪਣੀ ਦੋਵਾਂ ਦੀ ਗੱਲ ਹੈ, ਮੇਲ ਗੇਲ ਵਗ ਜੂਗਾ 5-7 ਦਿਨਾਂ ਦੇ ਵਿੱਚ, ਜਦੋਂ ਮੇਲ ਗੇਲ ਜਾ ਵੜਿਆ ਉਦੋਂ ਚਾਹੇ 100 ਲਾ ਲਈ ਮੇਰੇ ਇੱਕ ਦਿਨ। ਕਹਿੰਦਾ ਚੱਲ ਕੋਈ ਨਹੀਂ, 5-7 ਦਿਨ ਵੀ ਆਏ ਲੈ। ਜਦੋਂ ਭਾਈ ਦਿਨ ਲੰਘੇ, ਜਦੋਂ ਆਇਆ 8ਵਾਂ 9ਵਾਂ ਦਿਨ, ਅਤੇ ਉਹ ਕਹਿੰਦਾ ਵੀ ਹੁਣ ਮੇਲ ਗੇਲ ਸਾਰਾ ਜਾ ਵੜਿਆ, ਹੁਣ ਕੋਈ ਬਹਾਨਾ ਨਹੀਂ ਚੱਲਣਾ, ਅਤੇ ਚੁੱਪ ਕਰਕੇ ਜੁੱਤੀਆਂ ਖਾ। ਉਹ ਹੱਸ ਪਈ, ਉਹ ਕਹਿੰਦਾ ਹੱਸਦੀ ਕਾਹਤੋਂ ਹੈ। ਕਹਿੰਦਾ ਵੀ ਦੇਖ, ਕਹਿੰਦੀ ਦੇਖ ਜਿਹੜਾ ਮੇਰਾ ਵਿਆਹ ਕੀਤਾ ਉਹਦੇ 'ਤੇ ਖਰਚਾ ਕੀ ਨਹੀਂ ਕੀਤਾ ਸਾਰਾ, ਜਿਹੜਾ ਤੇਰਾ 'ਤੇ ਮੇਰਾ ਵਿਆਹ ਹੋਇਆ। ਕਹਿੰਦਾ ਮੇਰੇ ਬਾਪੂ ਨੇ, ਸੁਦਾਗਰ ਨੇ। ਕਹਿੰਦੀ ਠੀਕ ਹੈ। ਕਹਿੰਦੀ ਮੈਨੂੰ ਗਹਿਣੇ ਗੱਟੇ ਕਿਹਨੇ ਪਾਏ ਆ? ਕਹਿੰਦਾ ਮੇਰੇ ਬਾਪੂ ਨੇ। ਕਹਿੰਦਾ ਇਹ, ਕਹਿੰਦੀ ਇਹ ਘਰ ਬਾਰ ਕਿਹਦਾ? ਕਹਿੰਦਾ ਮੇਰੇ ਬਾਪੂ ਦਾ। ਕਹਿੰਦੀ ਫਿਰ ਮੈਨੂੰ ਆਹ ਜਿਹੜਾ ਖਾਣਾ ਪਾਣਾ ਜਿਹੜਾ ਦਿੱਤਾ ਜਾਂਦਾ ਇਹਦਾ ਖਰਚਾ ਕੌਣ ਕਰਦਾ? ਕਹਿੰਦਾ ਮੇਰਾ ਬਾਪੂ। ਕਹਿੰਦਾ ਫਿਰ ਜੁੱਤੀਆਂ ਲਾਉਣ ਦਾ ਹੱਕ ਵੀ ਤੇਰੇ ਬਾਪੂ ਦਾ ਹੀ ਹੈ, ਤੇਰਾ ਨਹੀਂ ਹੈਗਾ। ਕਹਿੰਦਾ ਫਿਰ ਮੈਂ? ਕਹਿੰਦਾ, ਕਹਿੰਦੀ ਤੂੰ ਕਮਾ ਕੇ ਲਿਆ ਕੁਛ? ਜਿੱਦੇ ਤੂੰ ਕਮਾ ਕੇ ਲਿਆ ਆ, ਜਿੰਨੀਆਂ ਜੁੱਤੀਆਂ ਪਹਿਲੇ ਦਿਨ ਤੋਂ ਲੈ ਕੇ ਕਮਾਉਣ ਤੱਕ ਬਣ ਗਈਆਂ ਉਨੀਆਂ ਲਾ ਲਈ। ਕਹਿੰਦਾ ਕਮਾਲ ਹੈ, ਤਾਂ ਮਿਹਣਾ ਵੱਜ ਗਿਆ ਮੈਨੂੰ। ਕਹਿੰਦਾ ਮੈਂ ਨਹੀਂ ਕਮਾ ਸਕਦਾ। ਗਿਆ ਆਪਦੇ ਬਾਪੂ ਕੋਲ, ਕਹਿੰਦਾ ਬਾਪੂ ਐਂ ਕਰ 5000 ਰੁਪਇਆ ਦੇ। ਕਹਿੰਦਾ ਕਿਉਂ? ਕਹਿੰਦਾ ਵਪਾਰ ਕਰਕੇ ਆਉਣਾ। ਉਹ ਕਹਿੰਦਾ ਤੈਨੂੰ ਵਪਾਰ ਆਉਂਦਾ ਨਹੀਂ, ਤੂੰ ਰਹਿਣ ਦੇ। ਕਹਿੰਦਾ ਨਹੀਂ, ਮੈਂ ਵਪਾਰ ਕਰਕੇ ਆਉਂ। ਕਹਿੰਦਾ ਮਿਹਣਾ ਵੱਜਿਆ ਮੈਨੂੰ। 5000 ਰੁਪਇਆ ਲੈ ਕੇ ਉਹ ਸੁਦਾਗਰ ਤੋਂ ਅਤੇ ਨਿਕਲ ਗਿਆ ਭਾਈ ਵਪਾਰ ਕਰਨ। ਜਦੋਂ ਵਪਾਰ ਕਰਨ ਨਿਕਲ ਗਿਆ, ਚਲੋ ਬਈ ਉਹਨੇ ਆਪਦੀ ਬੇੜੀ ਹੱਕੀ, ਹੈ ਨਾ, ਦਰਿਆ 'ਚ, ਅਤੇ ਤੁਰਿਆ ਗਿਆ। ਗਾਹਾਂ ਜਾ ਕੇ ਇੱਕ ਉਹਨੂੰ ਇਹੋ ਜਿਹੀ ਧਰਤੀ ਮਿਲੀ ਜਿੱਥੇ ਉਹਨੂੰ ਲੱਗਿਆ ਵੀ ਮੈਂ ਇੱਥੇ ਰੋਕ ਕੇ ਦੇਖਾਂ ਵੀ ਇੱਥੇ ਕੌਣ ਲੋਕ ਵੱਸਦੇ, ਇੱਥੇ ਕੋਈ ਵਪਾਰ ਹੀ ਕਰ ਲਈਏ। ਭੁੱਖ ਲੱਗੀ ਉਹਨੂੰ। ਜਦੋਂ ਉਹਨੂੰ ਗਾਹਾਂ ਦੇਖਿਆ, ਗਾਹਾਂ ਨਾ ਇੱਕ ਅੰਬਾਂ ਦੇ ਰੁੱਖਾਂ ਦਾ ਝੁੰਡ ਸੀ, ਪੂਰਾ ਵਧੀਆ। ਜਦੋਂ ਝੁੰਡ ਸੀ ਅਤੇ ਝੁੰਡ ਦੇ ਵਿੱਚ ਜਾ ਕੇ ਉਹਨੇ ਕੀ ਕੀਤਾ, ਭੁੱਖ ਲੱਗੀ ਸੀ ਤਾਂ ਉਹਨੇ ਅੰਬ ਤੋੜਿਆ ਅਤੇ ਖਾਧਾ। ਖਾ ਕੇ ਜਿਹੜੀ ਗੁਠਲੀ ਸੀ ਉਹਨੇ ਸਿੱਟਤੀ। ਉਹਦੇ ਵੇਹਦੇ ਵੇਹਦੇ ਨਾ ਗੁਠਲੀ ਤੋਂ ਇੱਕ ਰੁੱਖ ਤਿਆਰ ਹੋ ਗਿਆ, ਗੁਠਲੀ ਤੋਂ ਅਜਿਹਾ ਰੁੱਖ ਤਿਆਰ ਹੋ ਗਿਆ ਵੀ ਉਹਦੇ 'ਤੇ ਅੰਬ ਵੀ ਲੱਗ ਗਏ ਉਹਦੇ ਵੇਹਦੇ ਵੇਹਦੇ। ਉਹ ਬੜਾ ਖੁਸ਼ ਹੋਇਆ ਵੀ ਇਹ ਤਾਂ ਕਮਾਲ ਦੀ ਗੱਲ ਹੋ ਗਈ ਯਾਰ, ਇੱਦੂ ਚੰਗਾ ਹੋਰ ਕੀ ਹੋ ਸਕਦਾ। ਉਹਨੇ ਕੀ ਕੀਤਾ, ਫਿਰ ਇੱਕ ਅੰਬ ਹੋਰ ਖਾਧਾ, ਉਹਦੀ ਗੁਠਲੀ ਸਿੱਟੀ, ਇੱਕ ਅੰਬ ਹੋਰ ਖਾ ਕੇ ਉਹਨੇ ਦੇਖਿਆ ਉਹ ਵੀ ਉਵੇਂ ਤਿਆਰ ਹੋ ਗਿਆ। ਇਹ ਕਹਿੰਦਾ ਯਾਰ ਇਹ ਤਾਂ ਮੇਰਾ ਵਪਾਰ ਹੀ ਬਹੁਤ ਵਧਾਊ। ਕਹਿੰਦਾ ਮੈਂ ਇੱਥੋਂ ਅੰਬ ਹੀ ਖਾਸੇ ਲੈ ਜਾਣਾ, ਕਹਿੰਦਾ ਮੈਂ ਗਾਂਹ ਜਾ ਕੇ ਇਹਨੂੰ ਵੇਚੂੰਗਾ ਜਾਂ ਹੋਰ ਕਮਾਈ ਕਰੂੰਗਾ। ਉਹਨੇ ਉੱਥੋਂ ਭਾਈ ਪਰਨੇ ਦੇ ਵਿੱਚ ਆਪਦੇ ਅੰਬ ਬੰਨੇ ਖਾਸੇ ਅਤੇ ਲੈ ਕੇ ਆਪਦੀ ਬੇੜੀ ਦੇ ਵਿੱਚ ਨਾਲ ਦੇ ਪਿੰਡ ਦੇ ਵਿੱਚ ਜਾ ਵੜਿਆ। ਜਦੋਂ ਨਾਲ ਦੇ ਪਿੰਡ ਦੇ ਵਿੱਚ ਜਾ ਵੜਿਆ, ਉੱਥੋਂ ਉਹਨੇ ਡੌਂਡੀ ਬੜਵਾਤੀ ਵੀ ਗੱਲ ਸੁਣੋ, ਮੈਂ ਤੁਹਾਨੂੰ ਜਾਦੂ ਦਿਖਾਉਣਾ, ਸਾਰੇ ਜਣੇ ਇਕੱਠੇ ਹੋ ਜਾਓ। ਸਾਰੇ ਇਕੱਠੇ ਹੋ ਗਏ, ਸਾਰਿਆਂ ਨੂੰ ਕਹਿੰਦਾ ਵੀ ਮੈਂ ਅੰਬ ਖਾਊਂਗਾ, ਇਹਦੀ ਗੁਠਲੀ ਸਿੱਟੂੰਗਾ ਅਤੇ ਇਹਦੇ 'ਚੋਂ ਦਰਖਤ ਬਣ ਜੂ ਆਪਣੇ ਵੇਹਦੇ ਵੇਹਦੇ, ਅਤੇ ਨਾਲੇ ਅੰਬ ਵੀ ਲੱਗ ਜਾਣਗੇ। ਉਹ ਕਹਿੰਦੇ ਐਵੇਂ ਮੂਰਖ ਨਾ ਬਣਾ ਸਾਨੂੰ, ਐਂ ਕਿਵੇਂ ਹੋ ਜੂ ਭਲਾ। ਉਹ ਕਹਿੰਦਾ ਚੱਲ ਠੀਕ ਹੈ, ਜੇ ਤਾਂ ਮੈਂ ਐਂ ਬਣਾ ਤਾ ਰੁੱਖ ਪੂਰਾ ਅਤੇ ਅੰਬ ਲੱਗ ਗਏ, ਤਾਂ 5000 ਰੁਪਏ ਤੁਸੀਂ ਮੈਨੂੰ ਦਿਓ, ਨਹੀਂ ਮੈਂ ਤੁਹਾਨੂੰ ਦੇ ਦਿਉ। ਉਹ ਕਹਿੰਦਾ ਵੀ ਚਲੋ ਇਹ ਵੀ ਠੀਕ ਹੈ ਭਾਈ। ਉਹਨੇ ਅੰਬ ਖਾਧਾ, ਅੰਬ ਖਾ ਕੇ ਜਦੋਂ ਗੁਠਲੀ ਸਿੱਟੀ, ਉਹਦਾ ਕੀ ਬਣਨਾ ਸੀ, ਗੁਠਲੀ ਉੱਥੇ ਦੀ ਉੱਥੇ ਪਈ ਰਹੀ, ਫਸ ਗਿਆ ਉਹ। ਲੋਕਾਂ ਨੇ ਨਾਲੇ ਤਾਂ ਤਾਨੇ ਮਿਹਣੇ ਦਿੱਤੇ, ਨਾਲੇ ਗਾਲਾਂ ਦਿੱਤੀਆਂ, ਨਾਲੇ ਕਹਿੰਦਾ ਦੇ 5000 ਰੁਪਇਆ। ਜਿਹੜਾ ਬਾਪੂ ਸੁਦਾਗਰ ਤੋਂ 5000 ਰੁਪਇਆ ਲੈ ਕੇ ਗਿਆ ਸੀ, ਉਹ ਸਾਰਾ ਉਹਨੇ ਲੋਕਾਂ ਨੂੰ ਦੇਤਾ। ਫਿਰ ਉਹਦੀ ਹੁੰਦੀ ਸੀ ਹੇਠੀ ਜਿਹੀ, ਐਂ ਖਾਲੀ ਹੱਥ ਘਰੇ ਜਾਂਦਾ ਸੀ ਵੀ ਯਾਰ ਮੈਂ ਜਜੇ ਜਨਾਨੀ ਕੋਲ ਗਿਆ ਅਤੇ ਸਾਰੀ ਉਮਰ ਉਹਦੇ ਜੁੱਤੀਆਂ ਨਹੀਂ ਲਾ ਸਕਦਾ। ਉਹਨੇ ਕੀਤਾ ਉਸੇ ਪਿੰਡ 'ਚ ਹੀ ਰਿਹਾ ਉਹ, ਕਿਸੇ ਕੋਲ ਕੰਮ ਮੰਗਿਆ ਕਰੇ, ਕੋਈ ਕੰਮ ਨਾ ਦਿਆ ਕਰੇ। ਆਖਿਰਕਾਰ ਉਹਨੇ ਕਿਸੇ ਤੋਂ ਇੱਕ ਧਾਰੀ ਦਾਤੀ ਲਈ ਅਤੇ ਉਹ ਨਾ ਘਾਹ ਖੋਤਣ ਲੱਗ ਗਿਆ। ਉਹ ਘਾਹ ਖੋਦਦਾ ਸੀ, ਕਿਤੇ ਕਿਸੇ ਦੇ ਪਸ਼ੂਆਂ ਨੂੰ ਦੇ ਆਉਂਦਾ ਸੀ, ਕੋਈ ਇੱਕ ਆਨਾ 2 ਰੁਪਈਆ ਦੇ ਦਿੰਦਾ ਸੀ, ਐਂ ਕਰਕੇ ਉਹ ਆਪਦਾ ਢਿੱਡ ਭਰ ਲੈਂਦਾ। 1-2 ਮਹੀਨੇ ਲੰਘ ਗਏ ਭਾਈ, ਜਦੋਂ ਘਰੇ ਨਾ ਆਇਆ ਤਾਂ ਉਹਦੀ ਘਰ ਵਾਲੀ ਕਹਿੰਦੀ ਸਵਰਨ, ਉਹ ਕਹਿੰਦੀ ਵੀ ਮਕੰਦਾ ਘਰੇ ਨਹੀਂ ਆਇਆ, ਵੀ ਕੀ ਚੱਕਰ ਪੈ ਗਿਆ? ਘਰ ਵਾਲੀ ਸੀ ਦੁਖੀ ਹੋ ਗਈ। ਉਹਨੇ ਆਪਦੇ ਬਾਪੂ ਨੂੰ ਕਿਹਾ ਵੀ ਬਾਪੂ ਮੈਂ ਜਾਣਾ ਉੱਧਰ। ਉਹਦੇ ਬਾਪੂ ਨੇ ਬੜਾ ਸਮਝਾਇਆ ਵੀ ਨਹੀਂ ਭਾਈ ਤੂੰ ਨਹੀਂ ਜਾਣਾ। ਉਹ ਕਹਿੰਦੀ ਨਹੀਂ ਮੈਂ ਤਾਂ ਜਾਊਂਗੀ, ਵੀ ਉਹ ਤਾਂ ਆਇਆ ਨਹੀਂ, ਕੀ ਪਤਾ ਕਿੱਧਰ ਗਿਆ। ਕਹਿੰਦੀ ਮੈਨੂੰ 5000 ਰੁਪਇਆ ਦੇ। 5000 ਰੁਪਇਆ ਲੈ ਕੇ ਅਤੇ ਸਵਰਨ ਉਹ ਤੁਰ ਗਈ। ਸਵਰਨ ਉੱਧਰ ਨੂੰ ਜਾ ਵੜੀ ਜਿੱਧਰ ਨੂੰ ਮਕੰਦਾ ਗਿਆ ਸੀ। ਸਵਰਨ ਨੇ ਇੱਕ ਸਕੀਮ ਲਾਈ ਵੀ ਜਿਹੜੀਆਂ ਤੀਵੀਆਂ ਉਹਨਾਂ ਨੂੰ ਇਹ ਵਪਾਰ ਕਰਨਾ ਜਿਹੜਾ ਹੈ ਉਹ ਮੰਨਿਆ ਨਹੀਂ ਜਾਂਦਾ ਆਪਣੇ ਸਮਾਜ ਦੇ ਵਿੱਚ। ਉਹਨੇ ਆਪਦਾ ਭੇਸ ਬਦਲ ਲਿਆ, ਬੰਦਿਆਂ ਵਾਲਾ ਬਣਾ ਲਿਆ। ਜਦੋਂ ਉਹ ਆਪਣੀ ਬੇੜੀ ਲੈ ਕੇ ਗਾਂਹ ਗਈ, ਗਾਂਹ ਜਾ ਕੇ ਉਹਨੂੰ ਉਹੀ ਇੱਕ ਜਗ੍ਹਾ ਟੱਕਰੀ, ਉੱਥੇ ਜਗ੍ਹਾ 'ਤੇ ਉਹਨੇ ਜਦੋਂ ਬੇੜੀ ਰੋਕੀ, ਉਹਨੇ ਦੇਖਿਆ ਵੀ ਅੰਬਾਂ ਦਾ ਝੁੰਡ ਹੈ।
ਉਹਨੇ ਕੀ ਕੀਤਾ, ਉਸ ਅੰਬਾਂ ਦੇ ਝੁੰਡ ਦੇ ਭੁੱਖ ਉਹਨੂੰ ਵੀ ਲੱਗੀ ਸੀ, ਉਹਨੇ ਅੰਬ ਖਾਧਾ, ਅੰਬ ਖਾ ਕੇ ਜਦੋਂ ਗੁਠਲੀ ਸਿੱਟੀ ਤਾਂ ਉੱਥੇ ਰੁੱਖ ਬਣ ਗਿਆ ਅਤੇ ਨਾਲ ਦੀ ਨਾਲ ਅੰਬ ਲੱਗ ਗਏ। ਉਹ ਕਹਿੰਦੀ ਇਹ ਤਾਂ ਕਮਾਲ ਹੀ ਹੋ ਗਿਆ। ਉਹਨੇ ਕੀ ਕੀਤਾ ਫਿਰ, ਦੂਜਾ ਅੰਬ ਖਾਧਾ, ਦੂਜਾ ਅੰਬ ਖਾ ਕੇ ਉਹਨੇ ਗੁਠਲੀ ਦੂਰ ਚਲਾ ਕੇ ਮਾਰੀ। ਜਦੋਂ ਉਹਨੇ ਦੂਰ ਚਲਾ ਕੇ ਮਾਰੀ ਤਾਂ ਦੇਖਿਆ ਕੋਈ ਅੰਬ ਨਹੀਂ ਬਣਿਆ। ਉਹ ਕਹਿੰਦੀ ਵੀ ਇਹ ਅੰਬਾਂ 'ਚ ਨਹੀਂ, ਇੱਥੋਂ ਦੀ ਮਿੱਟੀ ਦਾ ਕੋਈ ਲਾਭ ਹੈ, ਇਹਦੇ ਕਰਕੇ ਮਿੱਟੀ ਕਰਕੇ ਹੀ ਇਹ ਜਿਹੜੇ ਅੰਬ ਇਹੋ ਜਿਹੇ ਹੁੰਦੇ ਆ। ਉਹ ਕਹਿੰਦੀ ਠੀਕ ਆ। ਉਹਨੇ ਕੀਤਾ, ਉੱਥੋਂ ਅੰਬ ਲਏ ਖਾਸੇ ਅਤੇ ਉੱਥੋਂ ਦੀ ਮਿੱਟੀ ਚੱਕ ਲਈ, ਮਿੱਟੀ ਚੱਕ ਲਈ ਜਦੋਂ, ਅਤੇ ਉਹ ਨਾਲ ਦੇ ਪਿੰਡ ਜਾ ਵੜੀ ਜਿੱਥੇ ਮਖੰਦਾ ਸੀ। ਉਹ ਜਦੋਂ ਉੱਥੇ ਜਾ ਵੜੀ, ਉਹਨੇ ਡੌਂਡੀ ਪਟਾਤੀ, ਕਹਿੰਦੀ ਵੀ ਆਓ ਮੇਰੇ ਕੋਲ, ਜੇ ਤਾਂ ਮੈਂ ਗੁਠਲੀ ਤੋਂ ਅੰਬ ਦਾ ਬੂਟਾ ਬਣਾ ਤਾ ਅਤੇ ਅੰਬ ਲਾ ਤੇ ਤਾਂ ਤੁਹਾਨੂੰ 5,000 ਰੁਪਈਆ ਤੁਸੀਂ ਮੈਨੂੰ ਦੇ ਦਿਓ, ਨਹੀਂ ਮੈਂ ਤੁਹਾਨੂੰ ਦਿਓ। ਉਹੀ ਗੱਲ ਉੱਥੇ ਫਿਰ ਹੋ ਗਈ। ਫਿਰ ਉਹਨਾਂ ਨੇ ਕੀ ਕੀਤਾ, ਉਹ ਕਹਿੰਦੇ ਵੀ ਪਹਿਲਾਂ ਵੀ ਮੂਰਖ ਇਹੋ ਜਿਹਾ ਆਇਆ ਸੀ ਪਿੰਡ ਵਾਲੇ, ਕਹਿੰਦੇ ਵੀ ਤੁਹਾਨੂੰ ਮੂਰਖ ਨਾ ਬਣਾ। ਪਿੰਡ ਵਾਲਿਆਂ ਨੂੰ ਚੱਲ ਐਂ ਹੋ ਗਿਆ ਵੀ ਚੱਲ 5,000 ਰੁਪਈਏ ਤੋਂ ਵੀ ਲਵਾਂਗੇ, ਇਹਦਾ ਮੂਰਖ ਲੋਕ ਹੈ। ਉਹਨੇ ਕੀ ਕੀਤਾ, ਅੰਬ ਖਾਧਾ, ਅੰਬ ਖਾ ਕੇ ਜਿਹੜੀ ਗੁਠਲੀ ਸੀ ਉਹਨੇ ਮਿੱਟੀ ਥੋੜ੍ਹੀ ਜਿਹੀ ਥੱਲੇ ਰੱਖੀ, ਉਹਦੇ 'ਤੇ ਗੁਠਲੀ ਰੱਖਤੀ, ਵਹਿੰਦੇ ਵਹਿੰਦੇ ਰੁੱਖ ਬਣ ਗਿਆ ਅਤੇ ਉਹਨੂੰ ਅੰਬ ਲੱਗ ਗਏ। ਲੋਕ ਬੜੇ ਹੈਰਾਨ, ਲੋਕਾਂ ਨੇ 5,000 ਰੁਪਈਆ ਇਕੱਠਾ ਕਰਕੇ ਦਿੱਤਾ। ਉੱਥੇ ਮਕੰਦਾ ਵੀ ਦੇਖੀ ਜਾਂਦਾ ਸੀ, ਕਿਤੇ ਮਕੰਦੇ ਨੂੰ ਸਿਆਣ ਆਈ ਕਿਉਂਕਿ ਉਹਨੇ ਆਪਦਾ ਰੂਪ ਬਦਲਿਆ ਹੋਇਆ ਸੀ। ਉਹਨੇ ਦੇਖ ਲਿਆ ਮਕੰਦਾ ਉਹ ਖੜ੍ਹਾ ਵੀ ਪਾਟੇ ਚਿੱਟੇ ਜਿਹੇ ਕੱਪੜੇ ਆ ਇਹਦੇ, ਵੀ ਪਤਾ ਨਹੀਂ ਇਹਨੂੰ ਕੀ ਹੋ ਗਿਆ, ਵੀ ਮੈਨੂੰ ਲੱਗਦਾ ਬਰਬਾਦ ਹੋ ਗਿਆ ਜਿਹੜਾ 5,000 ਰੁਪਈਆ ਲੈ ਗਿਆ ਸੀ। ਚਲੋ ਉਹਨੇ ਮਕੰਦੇ ਨੂੰ ਜਦੋਂ ਐਂ ਦੇਖਿਆ, ਉਹਨੇ ਅਗਲੇ ਦਿਨ ਉਹਨੇ ਦੇਖਿਆ ਵੀ ਮਕੰਦਾ ਉਹ ਘਾਹ ਖੋਦਦਾ ਫਿਰਦਾ। ਮਕੰਦੇ ਨੂੰ ਉਹਨੇ ਕਿਹਾ ਵੀ ਤੂੰ ਮੇਰੇ ਪਸ਼ੂਆਂ ਵਾਸਤੇ ਜਿਹੜੇ ਸਾਡੇ ਘੋੜੇ ਘਾੜੇ ਹੈਗੇ ਆ ਨਾ ਪਸ਼ੂ ਆ, ਉਹਨਾਂ ਵਾਸਤੇ ਵੀ ਲਿਆ ਕਰ, ਕਿਉਂਕਿ ਰੁਪਈਆ 10,000 ਹੋ ਗਿਆ ਉਹਦੇ ਕੋਲ ਸਵਰਨੋ ਕੋਲ, 5,000 ਬਾਪੂ ਤੋਂ ਲੈ ਕੇ ਹੀ, 5,000 ਉਹਨੇ ਇੱਥੋਂ ਲੈ ਲਿਆ, ਉਹਨੇ ਉੱਥੇ ਆਪਦਾ ਕੰਮ ਤੋਰ ਲਿਆ ਕਿਉਂਕਿ ਲੈ ਕੇ ਉਹਨੇ ਮਕੰਦੇ ਨੂੰ ਨਾਲ ਜਾਣਾ ਸੀ। ਚਲੋ ਉਹ ਘਾਹ ਲਿਆਇਆ ਕਰੇ, ਇੱਕ ਦੋ ਦਿਨ ਲੰਘੇ, ਉਹ ਕਹਿੰਦਾ, ਉਹ ਸਵਰਨੋ ਕਹਿੰਦੀ ਵੀ ਗੱਲ ਸੁਣ, ਤੈਨੂੰ ਮੈਂ ਪੱਕੀ ਨੌਕਰੀ 'ਤੇ ਰੱਖ ਲੈਂਦੀ ਹਾਂ। ਕਹਿੰਦਾ ਜੀ ਠੀਕ ਹੈ। ਕਹਿੰਦੀ ਕੱਲ੍ਹ ਨੂੰ ਆ ਜਾਈ। ਫਿਰ ਉਹ ਆ ਗਿਆ, ਜਦੋਂ ਆ ਗਿਆ ਤਾਂ ਕਹਿੰਦੀ ਵੀ ਆਹ ਲੀੜੇ ਲਾ ਦੇ ਆਪਦੇ ਦਾਤੀ ਪੱਲੀ, ਅਤੇ ਆਹ ਲੀੜੇ ਮੈਨੂੰ ਦੇ ਦੇ, ਸਾਡੇ ਵਾਸਤੇ ਨਵੀਂ ਵਰਦੀ ਇੱਥੇ ਪਾਉਣੀ ਪਊ ਸਾਡੇ ਕੰਮ ਵਾਸਤੇ। ਉਹਨੇ ਪਾ ਲਈ ਭਾਈ, ਉਹਨੂੰ ਚੰਗੇ ਕੰਮ 'ਤੇ ਲਾ ਤਾ, ਉੱਥੇ ਚੰਗਾ ਕੰਮ ਕਰਦਾ ਸੀ। ਉਸ ਤੋਂ ਬਾਅਦ 2 ਮਹੀਨੇ ਲੰਘੇ, ਸਵਰਨੋ ਉਹਨੂੰ ਕਹਿੰਦੀ ਵੀ, ਹਾਲਾਂਕਿ ਬੰਦੇ ਦੇ ਰੂਪ 'ਚ ਸੀ ਸਵਰਨੋ, ਕਹਿੰਦੀ ਵੀ ਮੈਂ ਜਾਂਦੀ ਹਾਂ ਕਿਤੇ ਕੰਮ, ਅਤੇ ਤੂੰ ਹੁਣ ਸਾਰਾ ਕੰਮ ਤੂੰ ਸਾਂਭਣਾ। ਉਹ ਕਹਿੰਦਾ ਠੀਕ ਹੈ। ਸਵਰਨੋ ਉੱਥੋਂ ਪਿੰਡ ਆ ਗਈ, 2 ਮਹੀਨੇ ਉਹਨੇ ਉੱਥੇ ਕੰਮ ਧੰਦਾ ਕੀਤਾ ਅਤੇ ਉਹਨੇ ਦੇਖਿਆ ਵੀ ਇੱਥੇ ਕੋਈ ਨਹੀਂ ਆਉਂਦਾ। ਉਹ ਸਾਰਾ ਕੁਝ ਸਮੇਟ ਕੇ ਵਾਪਸ ਆਪਦੇ ਪਿੰਡ ਜਾ ਵੜਿਆ। ਜਦੋਂ ਆਪਦੇ ਪਿੰਡ ਜਾ ਵੜਿਆ, ਕਹਿੰਦਾ ਦੇਖ ਬਾਪੂ ਮੈਂ ਇੰਨੀ ਕਮਾਈ ਕਰਕੇ ਲਿਆ। ਦੇਖ ਕਹਿੰਦਾ ਸਵਰਨੋ ਮੈਂ ਇੰਨੀ ਕਮਾਈ ਕਰਕੇ ਲਿਆ। ਚਲੋ ਭਾਈ, ਉਹਦਾ ਬਾਪੂ ਵੀ ਖੁਸ਼ ਹੋਇਆ, ਸਾਰੇ ਖੁਸ਼ ਹੋਏ। ਅਗਲੇ ਦਿਨ ਜਦੋਂ ਤੜਕੇ ਦਿਨ ਚੜਿਆ, ਉਹ ਕਹਿੰਦਾ ਹੁਣ ਮੈਂ ਕਮਾਈ ਕਰਕੇ ਲਿਆ ਨਾ, ਚੱਲ ਲਿਆ ਜੁੱਤੀ, ਹੁਣ ਤੇਰੇ ਜੁੱਤੀਆਂ ਲਾਉਣੀਆਂ, ਕਿੰਨੀਆਂ ਹੋ ਗਈਆਂ ਗਿਣ ਲਈ। ਉਹ ਕਹਿੰਦੀ ਉਹ ਹੱਸ ਪਈ। ਜਦੋਂ ਹੱਸੀ ਕਹਿੰਦੀ 2 ਮਿੰਟ ਖੜ ਜਾ। ਜਦੋਂ ਖੜੀ ਤਾਂ ਉਹ ਅੰਦਰ ਗਈ, ਅੰਦਰ ਜਾ ਕੇ ਉਹ ਦਾਤੀ ਪੱਲੀ ਅਤੇ ਉਹਦਾ ਉਹ ਪਾਟਿਆ ਚਿੱਟਾ ਜਿਹਾ ਕੁੜਤਾ ਲੈ ਕੇ ਆਈ। ਜਦੋਂ ਲੈ ਕੇ ਆਈ ਤਾਂ ਉਹਨੇ ਦੇਖਿਆ, ਕਹਿੰਦਾ ਯਾਰ ਆਹ ਤਾਂ ਕਮਾਲ ਹੀ ਹੋ ਗਈ। ਉਹ ਬਹੁਤ ਸ਼ਰਮਿੰਦਾ ਹੋਇਆ ਉਸ ਗੱਲ 'ਤੇ ਵੀ ਯਾਰ ਮੈਂ ਨਹੀਂ ਸੀ ਕਮਾ ਸਕਦਾ ਜੇ ਮੇਰੀ ਜਨਾਨੀ ਨਾਲ ਨਾ ਹੁੰਦੀ। ਅਤੇ ਫਿਰ ਉਸ ਤੋਂ ਬਾਅਦ ਚਲੋ ਹੁਣ ਵਧੀਆ ਉਹਨਾਂ ਦਾ ਮੋਹ ਪਿਆਰਾ ਰਸਦੇ ਆ, ਵਸਦੇ ਆ, ਵਧੀਆ ਮੌਜਾਂ ਮਾਣਦੇ ਆ। ਤੁਸੀਂ ਸੁਣ ਰਹੇ ਸੀ ਕਹਾਣੀ 5 ਜੁੱਤੀਆਂ, ਸਰਬਜੀਤ ਸਿੰਘ ਸਿੱਧੂ ਹੋਰਾਂ ਦੀ ਆਵਾਜ਼ ਵਿੱਚ। ਉਮੀਦ ਹੈ ਕਿ ਤੁਸੀਂ ਕਹਾਣੀਆਂ ਦਾ ਆਨੰਦ ਮਾਣ ਰਹੇ ਹੋਵੋਗੇ। ਅਤੇ ਆਓ ਹੁਣ ਸੁਣਦੇ ਹਾਂ ਅਗਲੀ ਕਹਾਣੀ ਚਾਚਾ ਨੰਬਰਦਾਰ ਰੁਪਿੰਦਰ ਕੌਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਜਦੋਂ ਮੈਂ ਨਿਆਣੀ ਸੀ ਤਾਂ ਆਂਢ ਗੁਆਂਢ 'ਚ ਬਹੁਤ ਸਾਰੇ ਇਹੋ ਜਿਹੇ ਲੋਕ ਰਹਿੰਦੇ ਸੀ ਜਿਨ੍ਹਾਂ ਨਾਲ ਮੈਨੂੰ ਬਚਪਨ ਤੋਂ ਹੀ ਬੜਾ ਮੋਹ ਸੀ। ਉਹਨਾਂ ਵਿੱਚ ਬਹੁਤ ਸਾਰੇ ਉਹ ਸੀ ਜਿਨ੍ਹਾਂ ਨੇ ਸਾਡੇ ਘਰਾਂ ਦੇ ਵਿੱਚ ਕੰਮ ਕੀਤਾ, ਜਾਂ ਬਹੁਤ ਸਾਰੇ ਉਹ ਲੋਕ ਜਿਹੜੇ ਮੇਰੇ ਪਿਓ ਦੇ ਸ਼ਰੀਕੇ 'ਚੋਂ ਚਾਚੇ ਤਾਏ ਜਾਂ ਤਾਈਆਂ ਚਾਚੀਆਂ ਲੱਗਦੇ ਸੀ। ਉਹਨਾਂ 'ਚੋਂ ਹੀ ਸੀ ਇੱਕ ਚਾਚਾ ਨੰਬਰਦਾਰ। ਚਾਚੇ ਨੰਬਰ ਦਾ ਨਾਂ ਬਾਬੂ ਸਿੰਘ ਸੀ। 3 ਕੁ ਮਹੀਨੇ ਪਹਿਲਾਂ ਇੱਕ ਰਾਤ ਨੂੰ ਮੇਰੀ ਮਾਂ ਦਾ ਮੈਨੂੰ ਫੋਨ ਆਇਆ ਤਾਂ ਉਹ ਕਹਿੰਦੇ ਰਾਤੀ ਚਾਚਾ ਨੰਬਰਦਾਰ ਪੂਰਾ ਹੋ ਗਿਆ। ਮੇਰਾ ਮਨ ਬਹੁਤ ਜ਼ਿਆਦਾ ਉਦਾਸ ਹੋ ਗਿਆ ਸੁਣ ਕੇ, ਕਿਉਂਕਿ 5 ਕੁ ਮਹੀਨਿਆਂ ਤੋਂ ਚਾਚਾ ਨੰਬਰਦਾਰ ਕੈਂਸਰ ਦੀ ਬਿਮਾਰੀ ਨਾਲ ਮੰਜੇ 'ਤੇ ਪਿਆ ਸੀ। ਮੈਂ ਨਿਆਣੀ ਸੀ ਤਾਂ ਮੇਰੇ ਦਾਦਕਿਆਂ ਦੇ ਜੱਦੀ ਘਰ, ਜਿੱਥੇ ਮੇਰੇ ਬੇਬੇ ਬਾਪੂ ਜੀ, ਇੱਕ ਚਾਚਾ ਅਤੇ ਇੱਕ ਤਾਇਆ ਰਹਿੰਦੇ ਸੀ, ਉਹਦੇ ਨਾਲ ਹੀ ਚਾਚੇ ਨੰਬਰਦਾਰ ਦਾ ਘਰ ਸੀ। ਅਤੇ ਉਸੇ ਗਲੀ 'ਚ ਮੇਰੀ ਸਭ ਤੋਂ ਪਿਆਰੀ ਸਹੇਲੀ ਲਾਲੀ ਦਾ ਘਰ ਸੀ, ਜਿਹਦੇ ਕਰਕੇ ਮੈਂ ਦਿਨ 'ਚ 3-4 ਵਾਰ ਅਕਸਰ ਉਸ ਗਲੀ 'ਚ ਲਾਲੀ ਨਾਲ ਖੇਡਣ, ਜਾਂ ਫਿਰ ਮਾਂ ਨੇ
बेबे बापू जी दे घरे कोई काम भेजना तां मैं उस गली दे विच मेरा जाना अक्सर हुंदा सी। चाचे नंबरदार दे कोई औलाद नहीं सी ते उहदी घर दी चाची शिंदर बड़ी प्यारी जनानी सी। उहने अक्सर मैनू ते लाली नूं आपदे घरे बुला लैना ते कई कई घंटे उहने साडे नाल गल्लां मारदी रहना। मैनू ते लाली नूं इउं लगना जिवें उह साडी सहेली होवे। कदी लग्गिया ही नहीं सी वी चाची शिंदर साढ़े तो उम्र विच बहुत ज़्यादा वड्डी है। मैनू हुण भी लगता हुंदा कि शायद वह मोह जिहड़ा वह अपने न्याणियां नूं नहीं दे सकी वह मैनू ते लाली नूं दिंदी सी, क्योंकि औलाद ना होण दी पीड़ है जिहड़ी वह मैं हमेशा चाची शिंदर दे चेहरे ते वेखदी हुंदी सी। उन्हें कई बार मैनू ते लाली नूं गली च खेड़दियां नूं आवाज़ मारनी भी कल थोड़ा चाचा शहर गया सी ते तुहाडे दोवां लई टॉफियां जां फिर पेंसलां इहो जिहियां किन्नियां निक्कियां निक्कियां चीज़ां उन्हें सानू देनियां ते कहना ये चाचा सिर्फ तुहाडे दोवां लई लैके आया। कदे कदे साथ विच लगे पिप्पल जिहड़ा कि चाचे नंबरदार दे घर दे नाल ही सी उत्थे बैठ के बंदे ताश खेडिया करदे सी ते मैनू अज भी याद है भी उस सत्थ च सब तो ज़्यादा उच्ची आवाज़ चाचे नंबरदार दे हासे दी हुंदी सी। अज भी जदों मैं अपना बचपन याद करदी हाँ तां मैनू चाचे दा वह हासा उवें ही सुनाई दिंदा। चाचे दे तुर जाण तों 15 दिन बाद मैं पिंड गई ते मेरी माँ दे कहण ते मैं चाची शिंदर नाल अफसोस करन लई उहदे घरे भी चली गई। उस गली च पहली वार मैनू जानते इन्नी ज़्यादा पीड़ महसूस हो रही सी। जदों मैं उस घर दे बूहे दे अंदर बड़ी तो चाची शिंदर मैनू घुट के गल दे नाल ला के मिली ते उहने घर दे बेड़े दे विच मंजी डा ली। मैनू समझ नहीं सी आ रहा भी मैं चाची शिंदर नाल की गल करां। हौली हौली उहने आप ही गल तोर ली। कहिंदी 4 महीनों तो बहुत ज़्यादा तंग सी तेरा चाचा। जदों असी कदी हस्पताल नूं तुरना तां उहने 30,000 रुपया मेरी झोली च पा के तोरना, कहना तैनू कदी किसी अगे हथ ना अड्डने पैण। सारा दिन कहिंदा रहिंदा सी छड्ड दे परां कम्मां नूं, मेरे कोले बहि जा दो चार गल्लां कर ला, खौरे मैं किन्ने क महीने आं तेरे कोल, बाद विच तूं कम ही करने ने शिंदर कुरे। ਕਹਿੰਦੀ ਫਿਰ ਪੁੱਤ ਪੁਰਾਣੇ ਵੇਲੇ ਯਾਦ ਕਰ ਲੈਂਦੇ ਸੀ ਅਸੀਂ ਦੋਵੇਂ ਜਦੋਂ ਵੀ ਕਦੇ ਇਕੱਲੇ ਬੈਠੇ ਹੁੰਦੇ ਸੀ ਤਾਂ ਤੇਰੇ ਚਾਚੇ ਨੇ ਕਹਿਣਾ ਵੇਖ ਸ਼ਿੰਦਰ ਕੁਰੇ ਕਿੰਨੀ ਰੌਣਕ ਹੁੰਦੀ ਸੀ ਦਰਵਾਜ਼ੇ ਪਿੱਪਲ ਥੱਲੇ, ਹੁਣ ਤਾਂ ਕਾਂ ਵੀ ਨਹੀਂ ਬੋਲਦੇ। ਅੱਧੇ ਪਿੰਡ ਦੇ ਨਿਆਣੇ ਖੇਡਿਆ ਕਰਦੇ ਸੀ ਇਸ ਪਿੱਪਲ ਥੱਲੇ ਅਤੇ ਜਦੋਂ ਨਿਆਣਿਆਂ ਦੀ ਗੱਲ ਆਉਂਦੀ ਤਾਂ ਤੈਨੂੰ ਅਤੇ ਲਾਲੀ ਨੂੰ ਬਹੁਤ ਯਾਦ ਕਰਦਾ ਸੀ ਤੇਰਾ ਚਾਚਾ। ਅਖੀਰਲੇ 7-8 ਦਿਨ ਤਾਂ ਬਹੁਤਾ ਜ਼ਿਆਦਾ ਔਖਾ ਰਿਹਾ, ਹੁਣ ਤਾਂ ਰੋਟੀ ਵੀ ਨਹੀਂ ਸੀ ਲੰਘਦੀ ਉਹਨੂੰ। ਮੈਨੂੰ ਕਿਹਾ ਕਰੇ ਇਹ ਚਾਬੀਆਂ ਸੰਭਾਲ ਲਿਆ ਕਰੀ, ਕੁੰਡਾ ਜਿੰਦਰਾ ਵੇਲੇ ਨਾਲ ਲਾ ਲਿਆ ਕਰੀ, ਇਹ ਨਾ ਹੋਵੇ ਕਿਤੇ ਮੇਰੇ ਬਿਨਾਂ ਕਮਲੀ ਹੋਈ ਫਿਰੇ। ਅਤੇ ਫਿਰ ਪੁੱਤ ਕਹਿਣਾ ਕਿ ਇੱਕ ਦਿਨ ਤਾਂ ਸਾਰਿਆਂ ਨੇ ਜਾਣਾ, ਸਾਥ ਕਿਹੜਾ ਉਮਰਾਂ ਦੇ ਹੁੰਦੇ ਨੇ, ਕੋਈ ਪਹਿਲਾਂ ਚਲਾ ਜਾਂਦਾ ਅਤੇ ਕੋਈ ਬਾਅਦ 'ਚੋਂ ਚਲਾ ਜਾਂਦਾ। ਹੁਣ ਤਾਂ ਪਹਿਲਾਂ ਵਰਗਾ ਆਂਢ ਗਵਾਂਢ ਵੀ ਨਹੀਂ ਰਿਹਾ ਵੀ ਕੋਈ ਔਖੇ ਵੇਲੇ ਕਿਸੇ ਦੀ ਆਵਾਜ਼ ਸੁਣ ਲਵੇ। ਇੰਨਾ ਕਹਿੰਦੀ ਦਾ ਚਾਚੀ ਦਾ ਗੱਚ ਭਰ ਆਇਆ ਅਤੇ ਉਸ ਤੋਂ ਅੱਗੇ ਸਹੁੰ ਰੱਬ ਦੀ ਮੇਰੀ ਵੀ ਪੁੱਛਣ ਦੀ ਹਿੰਮਤ ਜੀ ਨਹੀਂ ਪਈ। ਫਿਰ ਆਪ ਹੀ ਦੱਸਣ ਲੱਗੀ, ਕਹਿੰਦੀ ਪੁੱਤ ਪਰਸੋਂ ਸਵੇਰੇ ਜਦੋਂ ਬਾਬਾ ਬੋਲਿਆ ਤਾਂ ਮੈਨੂੰ ਭੁਲੇਖਾ ਪਿਆ ਜਿਵੇਂ ਮੈਨੂੰ ਕਿਸੇ ਨੇ ਆਣ ਕੇ ਉਠਾਇਆ ਹੋਵੇ ਅਤੇ ਕਿਹਾ ਹੋਵੇ ਸ਼ਿੰਦਰ ਕੁਰੇ ਵੇਖ ਲਾ 4 ਵੱਜ ਗਏ ਨੇ, ਬਾਬਾ ਬੋਲ ਪਿਆ ਅਤੇ ਉੱਠ ਕੇ ਚਾਹ ਬਣਾ ਲਾ। ਕਹਿੰਦੀ ਮੈਂ ਉੱਦਾਂ ਹੀ ਅੱਧ ਸੁੱਤੀ ਜੀ ਉੱਠ ਕੇ ਰਸੋਈ 'ਚ ਚਲੀ ਗਈ ਅਤੇ ਚਾਹ ਦਾ ਪਾਣੀ ਮੈਂ ਗੈਸ 'ਤੇ ਧਰਤਾ, ਫਿਰ ਚੁੱਪ ਕਰ ਗਈ। ਜਦੋਂ ਮੈਂ ਉਹਦੇ ਚਿਹਰੇ ਵੱਲ ਵੇਖਿਆ ਤਾਂ ਉਹਦੀਆਂ ਅੱਖਾਂ ਭਰੀਆਂ ਹੋਈਆਂ ਸੀ। ਕਹਿੰਦੀ ਪੁੱਤ ਮੈਨੂੰ ਫੇਰ ਯਾਦ ਆਇਆ ਵੀ ਤੇਰੇ ਚਾਚੇ ਨੂੰ ਮੁੱਕਿਆਂ ਤਾਂ 15 ਦਿਨ ਹੋ ਗਏ ਨੇ। ਮੈਂ ਅੱਬੜ ਵਾਹੇ ਉੱਠ ਕੇ ਚੁਬਾਰੇ 'ਚ ਗਈ ਕਿ ਸ਼ਾਇਦ ਮੈਨੂੰ ਭੁਲੇਖਾ ਪਿਆ ਹੋਵੇ। ਕਹਿੰਦੀ ਉੱਥੇ ਵੀ ਨਹੀਂ ਸੀ। ਫਿਰ ਮੈਂ ਅੰਦਰਲੀ ਸਵਾਤ 'ਚ ਜਿੱਥੇ ਅਕਸਰ ਹੀ ਉਹ ਸਿਆਲਾਂ 'ਚ ਮੰਜਾ ਡਾ ਕੇ ਸੋਇਆ ਕਰਦਾ ਸੀ ਉੱਥੇ ਚਲੀ ਗਈ। ਜਦੋਂ ਵੇਖਿਆ ਉਹ ਉੱਥੇ ਵੀ ਨਾ। ਕਹਿੰਦੀ ਮੈਂ ਆਣ ਕੇ ਮੰਜੇ 'ਤੇ ਬੈਠ ਗਈ
ਤੇ ਕਿੰਨਾ ਚਿਰ ਸੋਚਦੀ ਰਹੀ ਵੀ ਮੈਨੂੰ ਉਹਨੇ ਕਿਉਂ ਆਣ ਕੇ ਜਗਾਇਆ। ਸ਼ਾਇਦ ਉਹਦੀ ਕੋਈ ਰੀਜ਼ਨ ਆ ਰਹਿ ਗਈ ਹੋਵੇ ਜਿਹੜੀ ਮੈਂ ਪੂਰੀ ਨਾ ਕੀਤੀ ਹੋਵੇ। ਕਹਿੰਦੀ ਫਿਰ ਮੈਂ ਗਵਾਂਢਣ ਸੀਬੋ ਤਾਈ ਨੂੰ ਬੁਲਾ ਲਿਆ ਜੀ। ਉਹਨੂੰ ਸਾਰੀ ਗੱਲ ਦੱਸੀ ਤਾਂ ਉਹ ਕਹਿੰਦੀ ਸ਼ਿੰਦਰ ਕੁਰੇ, ਹੋ ਸਕਦਾ ਬਾਬੂ ਸਿੰਘ ਦੇ ਕੋਈ ਕੱਪੜੇ ਦੇਣ ਵਾਲੇ ਰਹਿ ਗਏ ਹੋਣਗੇ, ਜਾਂ ਤੂੰ ਕੋਈ ਧਰਮ ਦਾ ਕਾਰਜ ਜਿਹੜਾ ਉਹਦੇ ਨਾਂ 'ਤੇ ਕਰਨਾ ਹੋਵੇ ਉਹ ਤੂੰ ਨਾ ਕੀਤਾ ਹੋਵੇ। ਕਹਿੰਦੀ ਪੁੱਤ ਮੈਂ ਸਾਰਾ ਦਿਨ ਬੈਠੀ ਪਛਤਾਈ ਗਈ ਕਿ ਕਿਹੜਾ ਕਾਰਜ ਆ ਜਿਹੜਾ ਮੈਂ ਉਹਦੇ ਨਾਂ ਦਾ ਨਹੀਂ ਕੀਤਾ। ਤਾਂ ਮੈਨੂੰ ਤਾਈ ਸੀਬੋ ਫਿਰ ਪੁੱਛਣ ਲੱਗੀ ਵੀ ਜਾਂਦਾ ਜਾਂਦਾ ਤੈਨੂੰ ਕੁਛ ਕਹਿ ਕੇ ਤਾਂ ਨਹੀਂ ਸੀ ਗਿਆ। ਕਹਿੰਦੀ ਮੈਂ ਉਹਨੂੰ ਕਿਹਾ ਵੀ ਜਾਣ ਲੱਗੇ ਉਹਨੇ ਗੱਲਾਂ ਤਾਂ ਬਥੇਰੀਆਂ ਕੀਤੀਆਂ, ਪਰ ਜੇ ਕੋਈ ਰਹਿੰਦੀ ਰੀਝ ਦੱਸ ਦਿੰਦਾ ਤਾਂ ਮੈਂ ਉਹ ਵੀ ਪੂਰਾ ਕਰ ਦਿੰਦੀ। ਇਹ ਕਹਿ ਕੇ ਚਾਚੀ ਸ਼ਿੰਦਰ ਕੌਰ ਨੇ ਹੌਂਕਾ ਲੈ ਲਿਆ। ਉਹ ਕਹਿੰਦੀ ਰਹੀ ਤੇ ਮੈਂ ਉੱਦਾਂ ਹੀ ਬੜੇ ਉਦਾਸ ਮਨ ਤੇ ਨਵ ਅੱਖਾਂ ਨਾਲ ਸੁਣਦੀ ਰਹੀ। ਉਸ ਦਿਨ ਤੋਂ ਬਾਅਦ ਮੇਰੇ ਅੰਦਰ ਇੱਕ ਉਦਾਸੀ ਵਾਲੀ ਚੀਜ਼ ਘਰ ਜਿਹਾ ਕਰ ਗਈ। ਜਿਸ ਗਲੀ ਵਿੱਚ ਫੁੱਲਾਂ ਵਾਂਗੂ ਉੱਡਦੇ ਰਹੀਦਾ ਸੀ, ਅੱਜ ਉਸੇ ਗਲੀ 'ਚ ਚਾਚੇ ਨੰਬਰਦਾਰ ਦੀ ਮੌਤ ਤੋਂ ਬਾਅਦ ਉਹਦੇ ਘਰ ਅਫਸੋਸ ਦੇ ਇਹ 2 ਘੰਟੇ ਮੇਰੇ ਜ਼ਿਹਨ ਅਤੇ ਮੇਰੇ ਦਿਲ ਨੂੰ ਬਹੁਤ ਜ਼ਿਆਦਾ ਭਾਰੀ ਕਰ ਗਏ। ਅਤੇ ਮੈਨੂੰ ਦੱਸਣਾ ਵੀ ਨਹੀਂ ਆ ਰਿਹਾ ਕਿ ਚਾਚੇ ਨੰਬਰਦਾਰ ਦੀ ਗਲੀ ਵਿੱਚੋਂ ਕਿੰਨਾ ਕੁ ਭਾਰ ਲੈ ਕੇ ਮੈਂ ਆਪਣੇ ਘਰ ਨੂੰ ਪਰਤ ਕੇ ਆਈ ਸੀ। ਤੁਸੀਂ ਸੁਣ ਰਹੇ ਸੀ ਕਹਾਣੀ ਚਾਚਾ ਨੰਬਰਦਾਰ, ਰੁਪਿੰਦਰ ਕੌਰ ਸੰਧੂ ਹੋਰਾਂ ਦੀ ਆਵਾਜ਼ ਵਿੱਚ। ਇਹ ਕਹਾਣੀ ਵੀ ਉਹਨਾਂ ਦੀ ਆਪਣੀ ਲਿਖੀ ਹੋਈ ਹੈ। ਅਤੇ ਹੁਣ ਅਗਲੀ ਕਹਾਣੀ ਸੁਣਦੇ ਹਾਂ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ, ਦਾਨਾ ਸ਼ਾਹੂਕਾਰ। ਇੱਕ ਸੁਦਾਗਰ ਕੀਮਤੀ ਮਾਲ ਦਾ ਜਹਾਜ਼ ਲੱਦ ਕੇ ਪਰਦੇਸ ਗਿਆ। ਪਿੱਛੋਂ ਉਸਦੀ ਪਤਨੀ ਜੀਵੀ ਨੂੰ ਪੈਸਿਆਂ ਦੀ ਸਖ਼ਤ ਲੋੜ ਪੈ ਗਈ। ਜੀਵੀ ਨੇ ਪਿੰਡ ਦੇ ਸ਼ਾਹੂਕਾਰ ਦਾਨੇ ਤੋਂ 2 ਮੋਹਰਾਂ ਉਧਾਰ ਮੰਗ ਲਿਆਂਦੀਆਂ ਕਿ ਜਦੋਂ ਉਸਦਾ ਪਤੀ ਪਰਦੇਸ ਤੋਂ ਵਾਪਸ ਪਰਤ ਆਵੇਗਾ ਤਾਂ 2 ਮੋਹਰਾਂ ਉਸੇ ਵੇਲੇ ਮੋੜ ਜਾਵੇਗੀ। ਕੁਝ ਮਹੀਨਿਆਂ ਮਗਰੋਂ ਜੀਵੀ ਦਾ ਪਤੀ ਪਰਦੇਸੋਂ ਵਾਪਸ ਆ ਗਿਆ। ਸੁਦਾਗਰ ਨੇ ਮੋਹਰਾਂ ਦੀਆਂ ਥੈਲੀਆਂ ਅਤੇ ਹੋਰ ਸਮਾਨ ਸੰਭਾਲ ਕੇ ਘਰ ਦੇ ਅੰਦਰਲੇ ਕੋਠੇ ਵਿੱਚ ਰੱਖ ਦਿੱਤਾ। ਸੁਦਾਗਰ ਅਜੇ ਸੁੱਤਾ ਹੀ ਪਿਆ ਸੀ ਕਿ ਉਸਦੀ ਪਤਨੀ ਨੇ ਮੋਹਰਾਂ ਵਾਲੀ ਇੱਕ ਥੈਲੀ ਖੋਲ੍ਹੀ ਅਤੇ ਉਸ ਵਿੱਚੋਂ 2 ਮੋਹਰਾਂ ਕੱਢ ਕੇ ਸ਼ਾਹੂਕਾਰ ਨੂੰ ਦੇਣ ਤੁਰ ਪਈ। ਜੀਵੀ ਆਪਣੇ ਬਚਨ ਦੀ ਲਾਜ ਪਾਲਣਾ ਚਾਹੁੰਦੀ ਸੀ, ਕਿਉਂ ਜੋ ਉਸਨੇ ਸ਼ਾਹੂਕਾਰ ਨੂੰ ਭਰੋਸਾ ਦਵਾਇਆ ਸੀ ਕਿ ਉਹ ਸੁਦਾਗਰ ਦੇ ਵਾਪਸ ਆਉਂਦੇ ਸਾਰ ਹੀ ਮੋਹਰਾਂ ਵਾਪਸ ਕਰ ਜਾਵੇਗੀ। ਜਦੋਂ ਜੀਵੀ ਸ਼ਾਹੂਕਾਰ ਦੀ ਦੁਕਾਨ 'ਤੇ ਪਹੁੰਚੀ ਤਾਂ ਉੱਥੇ ਨਾ ਤਾਂ ਸ਼ਾਹੂਕਾਰ ਸੀ, ਨਾ ਹੀ ਕੋਈ ਨੌਕਰ ਚਾਕਰ। ਦੁਕਾਨ ਖਾਲੀ ਪਈ ਸੀ। ਸ਼ਾਇਦ ਦਾਨਾ ਅੰਦਰ ਪੂਜਾ ਪਾਠ ਵਿੱਚ ਰੁੱਝਿਆ ਹੋਇਆ ਸੀ। ਦੁਕਾਨ ਵਿੱਚ ਆਸਣ ਉੱਤੇ ਦਰੀ ਵਿਛੀ ਹੋਈ ਸੀ। ਜੀਵੀ ਨੇ 2 ਮੋਹਰਾਂ ਉਸ ਦਰੀ ਦੇ ਹੇਠਾਂ ਰੱਖ ਦਿੱਤੀਆਂ ਅਤੇ ਆਪਣੇ ਆਪ ਨੂੰ ਸੁਰਖਰੂ ਸਮਝ ਕੇ ਪਰਤ ਆਈ। ਜੀਵੀ ਘਰ ਆ ਕੇ ਕੰਮ ਧੰਦੇ ਵਿੱਚ ਰੁੱਝ ਗਈ ਅਤੇ ਉਹ ਇਹ ਗੱਲ ਆਪਣੇ ਖਵੰਦ ਨੂੰ ਦੱਸਣਾ ਭੁੱਲ ਗਈ ਕਿ ਉਸਨੇ ਥੈਲੀ ਵਿੱਚੋਂ 2 ਮੋਹਰਾਂ ਕੱਢੀਆਂ ਸਨ। ਸਵੇਰੇ ਜਦੋਂ ਸੁਦਾਗਰ ਜਾਗਿਆ ਤਾਂ ਉਹ ਆਪਣੀਆਂ ਮੋਹਰਾਂ ਦੀ ਥੈਲੀ ਚੁੱਕ ਕੇ ਬਾਜ਼ਾਰ ਵਿੱਚ ਲੈਣ ਦੇਣ ਕਰਨ ਤੁਰ ਪਿਆ। ਸੁਦਾਗਰ ਸਭ ਤੋਂ ਪਹਿਲਾਂ ਦਾਨੇ ਸ਼ਾਹੂਕਾਰ ਦੀ ਦੁਕਾਨ 'ਤੇ ਗਿਆ, ਕਿਉਂ ਜੋ ਉਸਦੀ ਇਮਾਨਦਾਰੀ ਦੀ ਬੜੀ ਸਾਖ ਸੀ। ਲੋਕ ਦਾਨੇ ਦੀ ਦਿਆਨਦਾਰੀ ਦੀ ਤਾਰੀਫ ਕਰਦੇ ਥੱਕਦੇ ਨਹੀਂ ਸਨ। ਸੁਦਾਗਰ ਨੇ ਸ਼ਾਹੂਕਾਰ ਨੂੰ ਮੋਹਰਾਂ ਦੀ ਥੈਲੀ ਦਿੱਤੀ ਪਰ ਸੌਦਾ ਨਾ ਬਣਿਆ। ਉੱਠਣ ਲੱਗਿਆਂ ਸੁਦਾਗਰ ਨੇ ਥੈਲੀ ਗਿਣੀ ਤਾਂ ਵਿੱਚੋਂ 2 ਮੋਹਰਾਂ ਘੱਟ ਨਿਕਲੀਆਂ। ਉਸਨੇ ਦਾਨੇ ਸ਼ਾਹੂਕਾਰ ਦੀ ਨੀਅਤ 'ਤੇ ਸ਼ੱਕ ਕੀਤਾ। ਦਾਨੇ ਸ਼ਾਹੂਕਾਰ ਨੇ ਇਸ ਵਿੱਚ ਆਪਣੀ ਹੇਠੀ ਸਮਝੀ। ਦੋਵਾਂ ਵਿੱਚ ਝਗੜਾ ਹੋ ਗਿਆ। ਆਸ ਪਾਸ ਦੀਆਂ ਦੁਕਾਨਾਂ ਵਿੱਚੋਂ ਹੋਰ ਲੋਕ ਵੀ ਉੱਠ ਕੇ ਆ ਗਏ। ਲੜਦਿਆਂ ਝਗੜਦਿਆਂ ਆਸਣ ਵਾਲੀ ਦਰੀ ਦਾ ਪਾਸਾ ਪੁੱਠਾ ਹੋ ਗਿਆ ਅਤੇ ਹੇਠਾਂ ਤੋਂ 2 ਮੋਹਰਾਂ ਨਿਕਲ ਆਈਆਂ। ਸੁਦਾਗਰ ਨੇ ਲੋਕਾਂ ਨੂੰ ਸੱਦ ਕੇ ਕਿਹਾ, ਵੇਖਿਆ ਜੇ ਇਸ ਬਗਲੇ ਭਗਤ ਦੀ ਕਰਤੂਤ, ਉੱਪਰੋਂ ਸਾਧ ਬਣਿਆ ਹੋਇਆ ਏ ਅਤੇ ਵਿੱਚੋਂ ਨਿਰਾ ਠੱਗ।
ਲੋਕਾਂ ਨੇ ਜਦੋਂ ਦਾਨੇ ਦੀ ਦਰੀ ਹੇਠਾਂ ਮੋਹਰਾਂ ਪਈਆਂ ਵੇਖੀਆਂ ਤਾਂ ਉਹਨਾਂ ਨੇ ਵੀ ਸੁਦਾਗਰ ਦੀ ਹਾਂ ਨਾਲ ਹਾਂ ਮਿਲਾਉਂਦਿਆਂ ਦਾਨੇ ਨੂੰ ਬੁਰਾ ਭਲਾ ਕਿਹਾ। ਇਹ ਖਬਰ ਸਾਰੇ ਪਿੰਡ ਵਿੱਚ ਫੈਲ ਗਈ ਅਤੇ ਪਿੰਡ ਦੇ ਸਾਰੇ ਲੋਕ ਦਾਨੇ ਸ਼ਾਹੂਕਾਰ ਦੀ ਨਿੰਦਿਆ ਕਰਨ ਲੱਗੇ। ਜਦੋਂ ਇਹ ਗੱਲ ਸੁਦਾਗਰ ਦੀ ਪਤਨੀ ਜੀਵੀ ਨੇ ਸੁਣੀ ਤਾਂ ਉਹ ਦੌੜਦੀ ਹੋਈ ਦਾਨੇ ਸ਼ਾਹੂਕਾਰ ਦੀ ਦੁਕਾਨ 'ਤੇ ਗਈ ਅਤੇ ਲੋਕਾਂ ਨੂੰ ਅਸਲੀ ਗੱਲ ਦੱਸਦਿਆਂ ਕਿਹਾ ਕਿ ਉਸਨੇ ਹੀ ਸਵੇਰੇ ਥੈਲੀ ਵਿੱਚੋਂ ਦੋ ਮੋਹਰਾਂ ਕੱਢ ਕੇ ਉੱਥੇ ਦਰੀ ਹੇਠ ਰੱਖੀਆਂ ਸਨ। ਫਿਰ ਜੀਵੀ ਨੇ ਲੋਕਾਂ ਨੂੰ ਸਾਰੀ ਗੱਲ ਵੇਰਵੇ ਨਾਲ ਸੁਣਾਈ। ਜੀਵੀ ਨੇ ਸਾਰਾ ਕਸੂਰ ਆਪਣੇ ਸਿਰ ਲਿਆ ਅਤੇ ਉਸਨੇ ਸ਼ਾਹੂਕਾਰ ਤੋਂ ਮਾਫ਼ੀ ਮੰਗੀ। ਸੁਦਾਗਰ ਵੀ ਬੜਾ ਸ਼ਰਮਿੰਦਾ ਹੋਇਆ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ ਜੀਵੀ ਸ਼ਾਹੂਕਾਰ ਦਾ ਕਰਜ਼ਾ ਉਤਾਰਨ ਲਈ ਦੋ ਮੋਹਰਾਂ ਉੱਥੇ ਰੱਖ ਗਈ ਸੀ ਤਾਂ ਲੋਕ ਫਿਰ ਸ਼ਾਹੂਕਾਰ ਦੀ ਇਮਾਨਦਾਰੀ ਦੀ ਪ੍ਰਸ਼ੰਸਾ ਕਰਨ ਲੱਗੇ ਅਤੇ ਸੁਦਾਗਰ ਨੂੰ ਬੁਰਾ ਭਲਾ ਕਹਿਣ ਲੱਗੇ ਜਿਸ ਨੇ ਇੰਨੇ ਸਾਊ ਪੁਰਸ਼ ਦੀ ਨੀਅਤ ਉੱਤੇ ਸ਼ੱਕ ਕੀਤਾ ਸੀ। ਜਦੋਂ ਸ਼ਾਹੂਕਾਰ ਉੱਠ ਕੇ ਘਰ ਜਾਣ ਲੱਗਾ ਤਾਂ ਉਸਨੇ ਦੋ ਮੁੱਠਾਂ ਸਵਾਹ ਦੀਆਂ ਭਰੀਆਂ। ਉਸਨੇ ਇੱਕ ਮੁੱਠੀ ਖੱਬੇ ਪਾਸੇ ਵੱਲ ਸੁੱਟੀ ਅਤੇ ਦੂਜੀ ਸੱਜੇ ਪਾਸੇ ਵੱਲ। ਸੁਦਾਗਰ ਦੀ ਪਤਨੀ ਜੇ ਉੱਥੇ ਹੀ ਖੜ੍ਹੀ ਸੀ। ਉਸਨੇ ਸ਼ਾਹੂਕਾਰ ਤੋਂ ਪੁੱਛਿਆ, ਤੁਸੀਂ ਇਹ ਕੀ ਕੀਤਾ ਏ? ਅੱਗੋਂ ਸ਼ਾਹੂਕਾਰ ਨੇ ਹੱਸ ਕੇ ਕਿਹਾ, ਇੱਕ ਸਵਾਹ ਦੀ ਮੁੱਠ ਮੈਂ ਨਿੰਦਿਆ ਕਰਨ ਵਾਲਿਆਂ ਉੱਤੇ ਸੁੱਟੀ ਏ ਅਤੇ ਦੂਜੀ ਪ੍ਰਸ਼ੰਸਾ ਕਰਨ ਵਾਲਿਆਂ ਉੱਤੇ। ਦੋਵਾਂ ਦਾ ਕੋਈ ਧਰਮੀ ਮਾਨ ਨਹੀਂ। ਤੁਸੀਂ ਸੁਣ ਰਹੇ ਸੀ ਬੀ ਸੋਸ਼ਲ ਪੋਡਕਾਸਟ ਦੀ ਪੇਸ਼ਕਸ਼ ਸਟੂਡੀਓ 7 ਅਤੇ ਹੁਣੇ ਤੁਸੀਂ ਕਹਾਣੀ ਸੁਣੀ ਦਾਨਾ ਸ਼ਾਹੂਕਾਰ ਮਨਜੀਤ ਸਿੰਘ ਰਾਜਪੁਰਾ ਦੀ ਆਵਾਜ਼ ਵਿੱਚ। ਇਹ ਸਨ ਸਾਡੀਆਂ 4 ਕਹਾਣੀਆਂ। ਉਮੀਦ ਹੈ ਕਿ ਅੱਜ ਦੀਆਂ ਇਹ 4 ਕਹਾਣੀਆਂ ਤੁਹਾਨੂੰ ਚੰਗੀਆਂ ਲੱਗੀਆਂ ਹੋਣਗੀਆਂ। ਜੇ ਤੁਹਾਨੂੰ ਇਹ ਕਹਾਣੀਆਂ ਚੰਗੀਆਂ ਲੱਗੀਆਂ ਤਾਂ ਤੁਸੀਂ ਬੀ ਸੋਸ਼ਲ ਦਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ, ਲਾਈਕ ਕਰ ਸਕਦੇ ਹੋ, ਫੋਲੋ ਕਰ ਸਕਦੇ ਹੋ। ਆਪਾਂ ਫਿਰ ਮਿਲਦੇ ਹਾਂ। ਸਤਿ ਸ਼੍ਰੀ ਅਕਾਲ।